ਹਾਲੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮ Fateh Singh ਸਵਾਗਤ ਕਰਦਾ ਤੁਹਾਡਾ ਪੰਜਾਬ ਦਾ 247 ਦੇ YouTube ਚੈਨਲ ਤੇ ਤੇ ਇਸ ਵੀਰ ਦੇ ਵਾਚਕ ਨੂੰ 10:15 ਤੇ 10:15 ਦੇ ਹੁੰਦੀ ਆਪਣੀ ਚੰਡੀਗੜ੍ਹ ਪੁਲਿਸ ਦੇ ਲਈ GK GST ਕਲਾਸ ਇਹ ਕਲਾਸ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਖਾਸ ਕਰਕੇ ਉਹ ਸਟੂਡੈਂਟ ਜਿਨ੍ਹਾਂ ਨੇ ਚੰਡੀਗੜ੍ਹ ਪੁਲਿਸ ਦਾ ਐਗਜ਼ਾਮ ਦੇਣਾ ਚਾਹੇ ਉਹ ASI ਤੇ ਚਾਹੇ ਉਹ ਕਾਂਸਟੇਬਲ ਦੀ ਤਿਆਰੀ ਕਰ ਰਹੇ ਨੇ ਸਾਨੂੰ ਪਤਾ ਕਿ 23 ਜੁਲਾਈ ਨੂੰ ਕਾਂਸਟੇਬਲ ਦੀ ਡੇਟ ਜਿਹੜੀ ਉਹ ਰਿਵੀਲ ਕਰ ਦਿੱਤੀ ਗਈ ਹੈ ਚੰਡੀਗੜ੍ਹ ਪੁਲਿਸ ਦੇ ਦੁਆਰਾ ਤੇ ਇਹਦੇ ਨਾਲ ਨਾਲ ਜਿਹੜੀ ਏਐਸਆਈ ਦੀਆਂ ਪੋਸਟਾਂ ਨੇ ਉਹ ਵੀ ਓਪਨ ਹੋ ਚੁੱਕੀਆਂ ਨੇ ਉਹਨਾਂ ਦੀ ਵੀ 15 ਜੁਲਾਈ ਲਾਸਟ ਡੇਟ ਹੈ ਫਾਰਮ ਫਿਲ ਕਰਨ ਦੀ ਜੇ ਤੁਸੀਂ ਹਜੇ ਤੱਕ ਉਹਦਾ ਫਾਰਮ ਫਿਲ ਨਹੀਂ ਕੀਤਾ ਤਾਂ ਉਹ ਵੀ ਜ਼ਰੂਰ ਕਰਦੇ ਹੋ ਗ੍ਰੈਜੂਏਸ਼ਨ ਚਾਹੀਦੀ ਆ ਤੇ ਉਹਦੇ ਲਈ ਫਾਰਮ ਫਿਲ ਕਰਨ ਦੇ ਲਈ ਏਜ ਜਿਹੜੀ ਹੈਗੀ ਆ ਉਹ ਸੇਮ ਹੀ ਆ ਜੋ ਕਨਸਟੇਬਲ ਵਾਲੀ ਹੀ ਹੈ 25 ਹੀ ਹੈ ਮੇਬੀ ਹਾਂ ਤੇ ਨਾਦੀਨ ਡਰਾਈਵਿੰਗ লাইসেন্স जरुर चाहिदा है ठीक है चलो ਕਾਦੇ ਕਲਾਸ ਦੀ ਸ਼ੁਰੂਆਤ ਅੱਜ ਸਾਡੇ ਕੋਲ ਹੈਗੀ ਆ ক্লাস ਨੰਬਰ 24 ਤੋਂ ਪਹਿਲਾਂ 23 ਕਲਾਸਾਂ ਹੋ ਚੁੱਕੀਆਂ ਨੇ ਜੇ ਪਹਿਲੀਆਂ ਕਲਾਸਾਂ ਨਹੀਂ ਦੇਖੀਆਂ ਤਾਂ ਉਹ ਵੀ जरुर ਦੇਖ ਲਿਓ ਬਹੁਤ ਹੀ ਇੰਪੋਰਟੈਂਟ ਨੇ ਉਹ ਵੀ ਵਾਰ ਸਾਰੀਆਂ ਦੀਆਂ ਸਾਰੀਆਂ ਕਲਾਸਾਂ ਲਓ ਜੀ ਜੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਸਭ ਤੋਂ ਪਹਿਲਾ ਕੰਮ ਚੈਨਲ ਨੂੰ ਸਬਸਕ੍ਰਾਈਬ जरुर ਕਰ ਲਓ ਹਾਂਜੀ ਕੌਣ ਕੌਣ ਪਹਿਲੀ ਵਾਰ ਆ ਰਿਹਾ ਅੱਜ ਕਲਾਸ ਦੇ ਵਿੱਚ ਇੱਕ ਵਾਰ ਹੈਂਡ ਰੇਜ਼ ਕਰਕੇ ਦੱਸੋ ਤੇ ਜੇ ਪਹਿਲੀ ਵਾਰ ਆਇਓ ਤੇ ਹੁਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਪਲੱਸ ਨਾਲ ਦੀ ਨਾਲ ਆਪਦੇ ਫੋਨ ਦੇ ਵਿੱਚ ਹੁਣੇ ਐਡਾ 24/7 ਦੀ ਐਪ ਨੂੰ ਵੀ ਇੰਸਟਾਲ ਕਰ ਲਓ ਆ ਲਿੰਕ ਜਿਹੜਾ ਮੈਂ ਤੁਹਾਨੂੰ ਦੱਸ ਦੇਣਾ ਕਿੱਥੇ ਮਿਲੂਗਾ ਜਿਹੜੀ ਸਾਡੀ ਵੀਡੀਓ ਚੱਲ ਰਹੀ ਹੈ ਦੇਖੋ ਜੀ ਤੁਹਾਡੀ ਆਪਣੀ ਵੀਡੀਓ ਚੱਲ ਰਹੀ ਆ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਤੁਸੀਂ ਜਾਓਗੇ ਇੱਥੇ ਲਿਖਿਆ ਸ਼ੋ ਮੋਰ ਕਰਕੇ ਤਾਂ ਸ਼ੋ ਮੋਰ 'ਚ ਦੇਖੋਗੇ ਇੱਥੇ ਥੱਲੇ ਦੋ ਵਾਰ ਕਲਿੱਕ ਕਰਨ ਤੋਂ ਬਾਅਦ ਕਿਉਂਕਿ ਫੋਨ ਦੇ ਤੇ ਦੋ ਵਾਰ ਸ਼ੋ ਮੋਰ ਕਲਿੱਕ ਕਰਨਾ ਪੈਂਦਾ ਆ ਥੱਲੇ ਲਿੰਕ ਲੱਗਾ ਹੋਊਗਾ ਕਿ ਡਾਊਨਲੋਡ आवर ਅੱਡਾ ਐਪ ਐਚਟੀਪੀ ਅੱਡਾ 247 ਐਪ ਲਿੰਕ ਫਤਿਹ ਸਰ ਫਤਿਹ ਸਰ ਦੇ ਲਿੰਕ ਵਾਲੇ ਤੇ ਕਲਿੱਕ ਕਰਨਾ ਆ ਤੇ ਫੋਨ ਦੇ ਵਿੱਚ ਅੱਡਾ 247 ਦੀ ਐਪ ਨੂੰ ਇੰਸਟਾਲ ਦਾ ਆਪਸ਼ਨ ਆਊਗਾ ਇੰਸਟਾਲ ਇੰਸਟਾਲ ਕਰ ਲਿਓ ਐਪ ਪਲੱਸ ਉਸ ਤੋਂ ਬਾਅਦ ਤੁਸੀਂ ਕਹਿੰਦੇ ਇੰਸਟਾਲ ਕਰਨ ਤੋਂ ਬਾਅਦ ਸਾਈਨ ਅਪ ਜ਼ਰੂਰ ਕਰਨਾ ਜੋ ਜ਼ਰੂਰ ਕਰ ਲਿਓ ਜੀ ਚਲੋ ਜੀ ਹੁਣ ਸਾਡੇ ਕੋਲ ਕੁਐਸਚਨਸ ਹਾਂਜੀ ਨਿਊ ਸਟੂਡੈਂਟ ਚੰਗੀ ਗੱਲ ਹੈ ਜੀ ਇੱਕ ਵਾਰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਆਹ ਹੈ ਸਾਡੇ ਕੋਲ ਕੁਐਸਚਨ ਦੇਖੋ ਇਹ ਪਿਛੇ ਦੀ ਕਲਾਸ ਦਾ ਲਾਸਟ ਕੁਐਸਚਨ ਹੈ ਜੋ ਆਪਾਂ ਪਿਛਲੀ ਕਲਾਸ ਲਗਾ ਕੇ ਗਏ ਸੀ ਸੈਚਰਡੇ ਉਸ ਕਲਾਸ ਦਾ ਲਾਸਟ ਕੁਐਸਚਨ ਹੈ ਪਹਿਲਾਂ ਇਸ ਨੂੰ ਕਰ ਲਓ ਫਿਰ ਆਪਾਂ ਅੱਗੇ ਦੋ ਮੂਵ ਕਰਦੇ ਹਾਂ ਜਿਹੜੇ ਨਵੇਂ ਆਏ ਨੇ ਉਮੀਦਾਂ ਤੁਸੀਂ ਜੋ ਉਮੀਦਾਂ ਲੈ ਕੇ ਆਸਾ ਲੈ ਕੇ ਇਸ ਕਲਾਸ 'ਚ ਆਇਓ ਉਮੀਦਾਂ ਅਤੇ ਆਸਾਂ ਤੇ ਮੈਂ ਪੂਰਾ ਉਤਰੂਗਾ ਜੋ ਤੁਸੀਂ ਪੜਨ ਆਇਓ ਕਿਉਂਕਿ ਔਰ ਐਲਟੀਮੇਟਲੀ ਤੁਹਾਡਾ ਟਾਰਗੇਟ ਸਿਲੈਕਸ਼ਨ ਹੀ ਹੈ ਤੁਸੀਂ ਹੋਰ ਕੁਝ ਕਰਨੀ ਹੈ ਸਿਰਫ ਸਿਲੈਕਸ਼ਨ ਲੈਣਾ ਹੈ ਤੇ ਜੋ ਪੜਾਇਆ ਜਾਊਗਾ ਉਹ ਬਿਲਕੁਲ ਸਿਲੈਕਸ਼ਨ ਓਰੀਐਂਟਡ ਹੀ ਪੜਾਇਆ ਜਾਊਗਾ ਮੇਰੀ ਇਹ ਕੋਸ਼ਿਸ਼ ਵੀ ਰਹੂਗੀ ਤੇ ਉਮੀਦ ਵੀ ਹੈ ਕਿ ਤੁਸੀਂ ਵੀ ਜਿੰਦਾ ਪੜ ਕੇ ਜਾਓਗੇ ਤੇ ਪੇਪਰ 'ਚ ਕੁਐਸਚਨ ਜ਼ਰੂਰ ਹੋਣਗੇ ਲੋਜੀ ਕੁਐਸਚਨ ਕਿਹ ਸੀਗਾ ਵਿੱਚ ਪਲੈਨਟ ਇਜ਼ ਆਲਸੋ कॉल्ड द ਰੈੱਡ ਪਲੈਨਟ ਆਪਾਂ ਪਿਛਲੀ ਕਲਾਸ 'ਚ ਪੜਾਇਆ ਸੀਗਾ ਮਾਰਸ ਨੂੰ ਅਸੀਂ ਕਹਿੰਨੇ ਆਂ ਬਾਕੀਆਂ ਬਾਰੇ ਵੀ ਆਪਾਂ ਅੱਜ ਦਾ ਕੁਐਸਚਨ ਪੜੋ ਵਿਚ ਆਰਟੀਕਲ ਆਫ ਇੰਡੀਅਨ ਕਨਸਟੀਟਿਊਸ਼ਨ ਗਾਰੰਟੀਡ ਦਾ ਇਕੁਐਲਟੀ ਬਿਫੋਰ ਲਾਅ ਕਹਿੰਦੇ ਇਹਨਾਂ ਵਿੱਚੋਂ ਕਿਹੜਾ ਆਰਟੀਕਲ ਹੈ ਜਿਹੜਾ ਕਿ ਲਾਅ ਦੇ ਲਾਅ ਦੇ ਸਾਹਮਣੇ ਸਾਨੂੰ ਗਾਰੰਟੀ ਦਿੰਦਾ ਕਿ ਤੁਸੀਂ ਭਾਈ ਇਕੁਅਲ ਹੋ ਹੁਣ ਇਹ ਗਾਰੰਟੀ ਜਿਹੜਾ ਸ਼ਬਦ ਆ ਗਿਆ ਜਿਹੜਾ ਗਾਰੰਟੀ ਸ਼ਬਦ ਆ ਗਿਆ ਇਹ ਕਿੱਥੋਂ ਆਇਆ ਸਾਰੇ ਫੰਡਾਮੈਂਟਲ ਰਾਈਟ ਤੋਂ ਆਇਆ ਆ ਜਦੋਂ ਗੱਲ ਫੰਡਾਮੈਂਟਲ ਰਾਈਟ ਦੀ ਹੁੰਦੀ ਹੈ ਤਾਂ ਉੱਥੇ ਗਾਰੰਟੀ ਸ਼ਬਦ ਜ਼ਰੂਰ ਹੁੰਦਾ ਕਿ ਗਾਰੰਟੀ ਦਿੱਤੀ ਜਾਂਦੀ ਆ ਤਾਂ ਮੈਨੂੰ ਦੱਸੋ ਇਹ ਵੀ ਦੱਸ ਦਿਓ ਕਿ ਜਿਹੜੇ ਬਾਕੀ ਆਰਟੀਕਲ ਨੇ ਉਹ ਕਾਦੇ ਨਾਲ ਸੰਬੰਧ ਰੱਖਦੇ ਨੇ ਠੀਕ ओके okay, जरूर बुक्स ਦੇ ਰਾਈਟਰ जरूर ਲੈ ਕੇ ਆਵਾਂਗੇ ਜਲਦੀ ਹੀ ਲੈ ਕੇ ਆਵਾਂਗੇ ਤੇ ਚਲੋ ਜੀਕੇ ਹਾਂ ਬਹੁਤ سارے ਬੱਚੇ ਕਹਿ ਰਹੇ ਨੇ ਜਿਨ੍ਹਾਂ ਨੇ ਆਹ ਕਲਾਸ ਲਈ ਸਾਲਾ ਕਿ ਪੇਪਰ ਤਾਂ ਐਸਆਈ ਦਾ ਸੀਗਾ ਸਬ ਇੰਸਪੈਕਟਰ ਦਾ ਸੀਗਾ ਅ ਲੇਕਿਨ ਬੱਚੇ ਕਹਿ ਰਹੇ ਨੇ ਕਿ ਸਰ ਜੋ ਇਸ ਕਲਾਸ 'ਚ ਆਪਾਂ ਜੀਕੇ ਪੜ੍ਹ ਰਹੇ ਆ ਉਹ ਸਬ ਇੰਸਪੈਕਟਰ ਦੇ ਪੇਪਰ 'ਚ ਆ ਰਹੀ ਆ ਇੰਡੀਅਨ ਜੀਕੇ ਪੰਜਾਬ ਜੀਕੇ ਚਲੋ ਠੀਕ ਆ ਆ ਰਹੀ ਆ ਬਟ ਆ ਵੀ ਕਹਿੰਦੇ ਆ ਰਹੀ ਜੋ ਤੁਸੀਂ ਕਰਾ ਰਹੇ ਹੋ ਤੇ ਆਨਸਰ ਸਾਡੇ ਕੋਲੇ 14 ਨੰਬਰ ਆਰਟੀਕਲ ਜਿਹੜਾ ਕਿ ਗਾਰੰਟੀ ਦਿੰਦਾ ਆ ਇਕੁਐਲਿਟੀ ਬਿਫੋਰ ਲਾ ਦੀ ਹੁਣ ਜਿਵੇਂ 12 ਨੰਬਰ ਆਰਟੀਕਲ ਦੀ ਗੱਲ ਕਰਾਂ ਇਹ ਕਹਿੰਦਾ ਡੈਫੀਨੇਸ਼ਨ ਆਫ ਸਟੇਟ ਕਿ ਭਾਈ ਸਟੇਟ ਦੀ ਪਰਿਭਾਸ਼ਾ ਕੀ ਆ 13 ਨੰਬਰ ਦੀ ਗੱਲ ਕਰਾਂ ਇਹ ਅਮੈਂਡਮੈਂਟ ਨੂੰ ਲੈ ਕੇ ਆ ਕਿ ਫੰਡਾਮੈਂਟਲ ਰਾਈਟ ਨੂੰ ਕਿਵੇਂ ਅਮੈਂਡ ਕਰ ਸਕਦੇ ਹਾਂ ਉਸ ਤੋਂ ਬਾਅਦ ਕਹਿੰਦੇ ਆਰਟੀਕਲ 14 ਅਸੀਂ ਦੇਖ ਚੁੱਕੇ ਤੇ 18 ਦੀ ਗੱਲ ਕਰੀਏ ਆਰਟੀਕਲ 18 ਗੱਲ ਕਰਦਾ ਐਬੋਲਿਸ਼ਨ ਆਫ ਦਾ ਟਾਈਟਲਸ ਜਿਹੜੇ ਟਾਈਟਲ ਨੇ ਉਹਨਾਂ ਨੂੰ ਖਤਮ ਕਰਨਾ ਲੇਕਿਨ ਹਾਂ ਸਾਰੇ ਟਾਈਟਲ ਖਤਮ ਨਹੀਂ ਕਰਨੇ ਐਜੂਕੇਸ਼ਨ ਤੇ ਮਿਲਟਰੀ ਵਾਲੇ ਜਿਹੜੇ ਟਾਈਟਲ ਹੋਣ ਰਹਿਣਗੇ ਬਾਕੀ ਸਾਰੇ ਟਾਈਟਲ ਜਿਹੜੇ ਉਹ ਖਤਮ ਕੀਤੇ ਜਾਣਗੇ ਸੋ ਇਹ ਰਿਹਾ ਸਾਡੇ ਕੋਲੇ অপশন ਜਿਹੜੇ ਬਾਕੀ ਵੀ ਆਪਾਂ ਡਿਟੇਲ ਚ ਪੜ ਲੈਣੇ ਕੋਈ ਕਈ ਵਾਰ ਬਾਕੀ ਹਮਾਰੇ ਪੁੱਛ ਲੈਂਦੇ ਨੇ ਅਗਲਾ ਕੁਐਸਚਨ ਹੂ ਵਾਸ ਦਾ ਵਾਈਸਰਾਏ ਆਫ ਇੰਡੀਆ ਵੈਨ ਇੰਡੀਅਨ ਨੈਸ਼ਨਲ ਕਾਂਗਰਸ ਵਾਸ ਫਾਰਮਡ ਇਨ 1885 1885 ਦੇ ਵਿੱਚ ਕਹਿੰਦੇ ਜਦੋਂ ਕਾਂਗਰਸ ਬਣੀ ਸੀਗੀ ਕਾਂਗਰਸ ਬਣੀ ਸੀਗੀ ਉਸ ਟਾਈਮ ਦੇ ਉੱਤੇ ਕੌਣ ਸੀਗਾ ਵਾਈਸਰਾਏ ਬੱਚੇ 12 ਦੇ ਵਿੱਚ ਮੌਲਿਕ ਅਧਿਕਾਰਾਂ ਦੀ ਪਰਿਭਾਸ਼ਾ ਨਹੀਂ ਹੈਗੀ ਗਲਤ ਤੁਸੀਂ ਪੜ ਰਹੇ ਹੋ ਡੈਫੀਨੇਸ਼ਨ ਆਫ ਸਟੇਟ ਹੈ ਸਟੇਟ ਦੀ ਪਰਿਭਾਸ਼ਾ ਦਿੱਤੀ ਗਈ ਹੈ ਨਾਟ ਫੰਡਾਮੈਂਟਲ ਰਾਈਟਸ ਸੋ ਜੇ ਤੁਸੀਂ ਫੰਡਾਮੈਂਟਲ ਰਾਈਟ ਪੜਿਆ ਹੈ ਜਾਂ ਤੁਹਾਨੂੰ ਕਿਸੇ ਨੇ ਪੜਾਇਆ ਤਾਂ ਉਹ ਗਲਤ ਹੈ ਸਹੀ ਕੀ ਹੈ ਸਟੇਟ ਦੀ ਡਿਫੀਨੇਸ਼ਨ ਕੀ ਹੈ ਇਹ ਲਿਖਿਆ ਗਿਆ ਹੈ ਇਹਦੇ ਵਿੱਚ ਠੀਕ ਹੈ ਸੋ ਧਿਆਨ ਰੱਖਿਓ ਨਹੀਂ ਗਲਤ ਨਹੀਂ ਪੜ੍ਹਨਾ ਹੈਗਾ ਗਲਤ ਪੜ੍ਹ ਰਹੇ ਹੋ ਤੁਸੀਂ ਇੱਕ ਸਟੂਡੈਂਟ ਦਾ ਉਸ ਤੋਂ ਬਾਅਦ ਕਹਿੰਦੇ ਅ ਕੌਣ ਵਾਇਸਰਾਇ ਸੀਗਾ ਜਦੋਂ ਕਾਂਗਰਸ ਬਣੀ ਆ ਬਿਲਕੁਲ ਸਹੀ ਹੈ ਡਿਫਰੈਂਸ ਸੀਗਾ ਡਿਫਰੈਂਸ ਦੀ ਗੱਲ ਕਰੀ ਤਾਂ ਇਸ ਇਹਦੇ ਟਾਈਮ ਦੇ ਉੱਤੇ ਕਾਂਗਰਸ ਬਣੀ ਸੀਗੀ ਪਹਿਲੀ ਗੱਲ ਠੀਕ ਹੈ ਅ ਕਹਿੰਦੇ ਜਿਹੜੀ ਕਾਂਗਰਸ ਆ ਅ 1800 85 ਚ ਬਣੀ ਇੰਡੀਆ ਨੈਸ਼ਨਲ ਕਾਂਗਰਸ ਇਹਦੇ ਵਿੱਚੋਂ ਹੋਰ ਕੁਸ਼ਚਨ ਬਣ ਜਾਂਦਾ ਹੁੰਦਾ ਕਿ ਇਹਦੇ ਪਹਿਲੇ ਪ੍ਰੈਜ਼ੀਡੈਂਟ ਕੌਣ ਸੀਗੇ ਪਹਿਲੀ ਮੀਟਿੰਗ ਦੇ ਵਿੱਚ ਕਿੰਨੇ ਬੰਦਿਆਂ ਨੇ ਹਿੱਸਾ ਲਿਆ ਸੀਗਾ 72 ਬੰਦਿਆਂ ਨੇ ਹਿੱਸਾ ਲਿਆ ਸੀਗਾ 72 ਨੇ ਡਬਲਿਊ ਸੀ ਪਹਿਲੇ ਪ੍ਰੈਜ਼ੀਡੈਂਟ ਸੀਗੇ ਤੇ ਦੂਜੇ ਦਾਦਾભાઈ ਨਰੋਜੀ ਹੋਗੇ ਠੀਕ ਹੈ ਤੇ ਤੀਜੇ ਤੇ ਚੌਥੇ ਕੌਣ ਸੀਗੇ ਤੁਸੀਂ ਮੈਨੂੰ ਦੱਸਣਾ ਹੈ ਠੀਕ ਤੇ ਇਹ ਵੀ ਦੱਸੋ ਮੈਨੂੰ ਕਿ ਜਿਹੜੀ ਕਾਂਗਰਸ ਦੀ ਪਹਿਲੀ ਮੀਟਿੰਗ ਉਹ ਕਿੱਥੇ ਹੋਈ ਸੀਗੇ ਤੇ ਨਾਲ ਨਾਲ ਜਿਹੜੇ ਬਾਕੀ ਨੇ ਜਿਵੇਂ ਲਾਰਡ ਕਰਜ਼ਨ ਦੀ ਗੱਲ ਕਰ ਲਓ ਲਾਰਡ ਕਰਜ਼ਨ ਦਾ ਸਬੰਧ ਜਿਹੜਾ ਹੈਗਾ ਉਹ 1905 ਵਾਲੀ ਜਦੋਂ ਬੰਗਾਲ ਦੀ ਵੰਡ ਹੋਈ ਸੀ ਉਹਦੇ ਨਾਲ ਆ ਰਿਪਨ ਦੀ ਗੱਲ ਕਰ ਲਈਏ ਕਹਿੰਦੇ ਰਿਪਨ ਨੂੰ ਅਸੀਂ ਜੋ ਆਪਣਾ ਪਹਿਲਾ ਸਿੰਕਰੋਨਸਿਸ ਹੋਇਆ ਸੀਗਾ ਸੈਂਸਸ ਉਹਦੇ ਨਾਲ ਵੀ ਸਬੰਧ ਰੱਖਦੇ ਆ ਜਾਇ ਨੂੰ ਲੋਕਲ ਗਵਰਨਮੈਂਟ ਦੇ ਨਾਲ ਵੀ ਸੰਬੰਧ ਰੱਖ ਕੇ ਪੜਿਆ ਜਾਂਦਾ ਆ ਉਸ ਤੋਂ ਬਾਅਦ ਲਾਰਡ ਇਰਵਿਨ ਦੀ ਗੱਲ ਕਰੀਏ ਤਾਂ ਜਦੋਂ ਗਾਂਧੀ ਨੇ ਇਰਵਿਨ ਐਕਟ ਸਾਈਨ ਕੀਤਾ ਸੀਗਾ ਉਦੋਂ ਵੀ ਇਹ ਹੀ ਸੀਗਾ ਤੇ ਪਲੱਸ ਜਦੋਂ ਉਸ ਟਾਈਮ ਦੇ ਉੱਤੇ ਸੈਕੰਡ ਰਾਉਂਡ ਟੇਬਲ ਕਾਨਫਰੰਸ ਹੋਈ ਸੀਗੀ ਉਦੋਂ ਵੀ ਇਰਵਿਨ ਹੀ ਸੀਗਾ ਸਾਡੇ ਕੋਲੇ ਜਿਹੜਾ ਵਾਈਸ ਰాయ ਆਫ ਇੰਡੀਆ ਠੀਕ ਹੈ ਉਮੀਦ ਆ ਬਾਕੀ ਤੁਸੀਂ ਪੜ ਲਏ ਹੋਣਗੇ ਹੁਣ ਆਪਾਂ ਅੱਗੇ ਚੱਲਦੇ ਆ ਜੀ ਇਹ ਸਾਰੀਆਂ ਚੀਜ਼ਾਂ ਨੋਟ ਜ਼ਰੂਰ ਕਰ ਲਿਓ ਕਿਉਂਕਿ ਇੰਪੋਰਟੈਂਟ ਨੇ ਕਈ ਵਾਰ ਇਹਦੇ ਵਿੱਚੋਂ ਵੀ ਕੁਐਸਚਨ ਬਣ ਜਾਂਦਾ ਹੈ ਉਸ ਤੋਂ ਬਾਅਦ ਕਹਿੰਦੇ ਉਹ ਹੋਤਾ ਆਏ ਹੋਏ ਆਤਾ ਚਲੋ ਕੋਈ ਨਹੀਂ ਕੁਚੀਗਲ ਝਰਨਾ ਕਿੱਥੇ ਕਿਹੜੇ ਰਾਜ ਵਿੱਚ ਸਥਿਤ ਹੈ ਕੁਚੀਕਲ ਜੋ ਵਾਟਰਫਾਲ ਹੈ ਉਹ ਕਿਹੜੀ ਸਟੇਟ ਦੇ ਵਿੱਚ ਦਰਜ ਹੈ ਵੈਰੀ ਗੁੱਡ ਬਧਰੂਨ ਤੇ ਆਪ ਜੀ 1887 ਦੇ ਵਿੱਚ 88 ਦੇ ਵਿੱਚ ਯੋਰਜੂਲ ਵੈਰੀ ਗੁੱਡ ਸ਼ਾਬਾਸ਼ ਗਾਂਧੀ ਜੀ 1931 ਸ਼ਾਬਾਸ਼ ਆ ਤਾਂ ਪਤਾ ਲੱਗ ਗਿਆ ਕਰਨਾਟਕਾ ਲਿਖਿਆ ਹੀ ਰਹਿ ਗਿਆ ਇਹਨੂੰ ਵੈਸੇ ਤਾਂ ਮੈਂ ਛਪਾਉਣਾ ਸੀਗਾ ਪਤਾ ਨਹੀਂ ਕਿਉਂ ਛਪਾ ਚਲੋ ਠੀਕ ਹੈ ਜੀ ਕੁਚੀਕਲ ਜਿਹੜਾ ਫੌਲ ਆ ਉਹ ਸੀਮੋਂਗ ਡਿਸਟ੍ਰਿਕਟ ਕਰਨਾਟਕਾ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਹੈ ਤੇ ਇਹ ਹਾਈएस्ट વોਟਰਫਾਲ ਇਨ ਇੰਡੀਆ ਵਿਦ ਹਾਈਟ ਆਫ 1493 ਫੁੱਟ ਸਭ ਤੋਂ ਹਾਈएस्ट ਮੰਨਿਆ ਜਾਂਦਾ ਆਪਾਂ ਇਹਨੂੰ ਮੰਨਦੇ ਆ ਤੇ ਇਹ ਹੈ ਸਾਡੇ ਕੋਲੇ ਕਰਨਾਟਕਾ ਸਟੇਟ ਦੇ ਵਿੱਚ ਵੈਸੇ ਆ ਮੈਂ ਬਾਅਦ ਚ ਦਿਖਾਉਣਾ ਸੀਗਾ ਲੇਕਿਨ ਚਲੋ ਪਹਿਲਾਂ ਹੀ ਆ ਗਿਆ ਜਿੱਦਾਂ ਵੀ ਖੁਸ਼ੀ ਮਿਲਦੀ ਐ ਨੂੰ ਭਾਈ ਠੀਕ ਆ ਜੀ ਆ ਦੇਖੋ ਇੱਥੇ ਆ ਸਾਡੇ ਕੋਲੇ ਕਰਨਾਟਕਾ ਵਾਲੀ ਸਟੇਟ ਦੇ ਵਿੱਚ चलो जी अगला क्वेश्चन व्हाट इज द केमिकल सिंबल ऑफ गोल्ड गोल्ड द केमिकल सिंबल की है गोल्ड द केमिकल सिंबल की है ਮਲਕਾਤਾ ਤੇਰੇ ਅਨਸਰ ਨਾਲ ਕਿ ਤੁਹਾਨੂੰ ਪਤਾ ਲੱਗਾ ਹਾਂਜੀ 골ਡ ਦਾ ਸਿੰਬਲ ਕੀ ਹੈ ਨਹੀਂ ਆਈ ਸਾਈਡ ਦਾ ਚੰਡੀਗੜ੍ਹ ਪੁਲਿਸ ਦੇ ਵਿੱਚ ਕੋਈ ਦਿੱਕਤ ਨਹੀਂ ਹੋਊਗੀ ਜੀ অপਸ਼ਨ ਨੰਬਰ ਬੀ ਸ਼ਾਬਾਸ਼ অপਸ਼ਨ ਨੰਬਰ ਬੀ ਕੀ ਹੈ 골ਡ ਦਾ ਸਾਈਨ ਹੁਣ ਜੇ ਮੈਂ ਪੀ ਵੀ ਦੀ ਗੱਲ ਕਰਾਂ ਪੀ ਵੀ ਕਾਦਾ ਸਾਈਨ ਲੈਡ ਦਾ ਪੀ ਵੀ ਕਾਦਾ ਹੈ ਸਰ ਲੈਡ ਦਾ ਜੀ ਓਕੇ ਆ ਰਿਹਾ 골ਡ ਦਾ ਏ ਤੇ ਏ ਜੀ ਦੀ ਗੱਲ ਕਰੀਏ ਕਹਿੰਦੇ ਏ ਜੀ ਹੈਗਾ ਸਿਲਵਰ ਦਾ ਸਾਈਨ ਏ ਜੀ ਸਿਲਵਰ ਦਾ ਆ ਯੂ 골ਡ ਦਾ ਆ ਤੇ ਪੀਬੀ ਲੈਡ ਦਾ ਆ ਬਾਕੀ ਤਨ ਵੀ ਆਪਾਂ ਪੜ ਲੈ ਠੀਕ ਹੈ ਜੀ ਬਾਕੀ ਤਨ ਵੀ ਹੋ ਗਿਆ ਹੁਣ ਇਹਦੀ ਪੀਡੀਐਫ ਕਿਹਨੂੰ ਕਿਹਨੂੰ ਚਾਹੀਦੀ ਹੈ ਜੀ ਇਹਦੀ ਪੀਡੀਐਫ ਕਿਹਨੂੰ ਕਿਹਨੂੰ ਚਾਹੀਦੀ ਆ ਚਾਹੀਦੀ ਆ ਤੁਹਾਨੂੰ ਫੋਨ ਦੇ ਵਿੱਚ ਕਿਹਦੇ ਕੋਦੇ ਕੋਲੇ ਐਪ ਇੰਸਟਾਲ ਹੈ ਜੇ ਐਪ ਇੰਸਟਾਲ ਨਹੀਂ ਕੀਤੀ ਤਾਂ ਐਪ ਇੰਸਟਾਲ ਜ਼ਰੂਰ ਕਰ ਲਓ ਜਿਵੇਂ ਮੈਂ ਸਟਾਰਟਿੰਗ 'ਚ ਵੀ ਦੱਸਿਆ ਤੇ ਲਾਸਟ ਦੇ ਵੀ ਦੱਸੂਗਾ ਉਹਨਾ ਟਾਈਮ ਜੁੜੇ ਰਹੋ ਦੁਬਾਰਾ ਫਿਰ ਦੱਸੂਗਾ ਅਗਲਾ ਕੁਐਸਚਨ ਕਹਿੰਦੇ ਵਿਚ ਡਾਇਨਸਟੀ ਡਿਡ ਕਿੰਗ ਹਰਸ਼ਵਰਧਨ ਬਿਲੋਂਗ ਟੂ ਕਿਹੜੀ ਡਾਇਨਸਟੀ ਦੇ ਨਾਲ ਹਰਸ਼ਵਰਧਨ ਜਿਹੜਾ ਉਹ ਬਿਲੋਂਗ ਕਰਦਾ ਸੀਗਾ ਹੁਣ ਹਰਸ਼ਵਰਧਨ ਦਾ ਟਾਈਮ ਯਾਦ ਰੱਖੋ ਜੇ ਆਪਾਂ ਗੱਲ ਕਰੀਏ 6ਵੀਂ 7ਵੀਂ ਸੈਂਚਰੀ ਦੀ ਗੱਲ ਆ ਆਪਣੇ ਜਦੋਂ ਹਿਊਨ ਸਾਂਗੂਣੀ ਆਏ ਸੀਗਾ ਇੰਡੀਆ ਉਦੋਂ ਦੀ ਗੱਲ ਆ ਪਾਹਿਆ ਨਾ ਆਇਆ ਸੀਗਾ ਹਿਊਨਸਾਂ ਦਾ ਸੀਗਾ ਹਰਸ਼ਵਰਧਨ ਨੇ ਫਾਹਿਆ ਨਾ ਸੀ ਨੀ ਹੂਨ ਸੰਗ ਦੋਨੋਂ ਚ ਕਨਫਿਊਜ਼ਨ ਹੋ ਥੋੜੀ ਜੀ ਚਲੋ ਕੋਈ ਮੈਂ ਇੱਕ ਵਾਰ ਕਰ ਲੂੰਗਾ ਤੇ ਆਨਸਰ ਕੀ ਆ ਕਹਿੰਦੇ ਕਦੋਂ ਸੀਗਾ ਇਹ ਹਰਸ਼ਵਰਧਨ ਸਾਡੇ ਕੋਲੇ ਕਿਹੜੀ ਡਾਇਨੈਸਟੀ ਨੂੰ ਬਿਲੋਂਗ ਕਰਦਾ ਸੀਗਾ ਪੁਸ਼ਪਵ੍ਰਤੀ ਡਾਇਨੈਸਟੀ ਨੂੰ ਕਰਦਾ ਸੀਗਾ ਆਪਸ਼ਨ ਨੰਬਰ ਸੀ ਆਜੂਗਾ ਏ ਡੀ ਗਲਤ ਆ ਜੀ ਪੁਸ਼ਪ ਬਭੂਤੀ ਪੁਸ਼ ਹਰੀਆਂਕਾ ਨਹੀਂ ਆਉਗਾ ਹਰੀਆਂਕਾ ਦਾ ਪ੍ਰਾਣੀ ਸੀਗੀ ਡਾਇਨਾਸਟੀ ਪੁਸ਼ਪ ਬਭੂਤੀ ਡਾਇਨਾਸਟੀ ਨੂੰ ਬਿਲੋਂਗ ਕਰਦਾ ਹੈ ਸਾਡੇ ਕੋਲੇ ਹਰਸ਼ਵਰਧਨ ਪੁਸ਼ਪ ਬਭੂਤੀ ਹਾਂ ਥੋੜਾ ਜਿਹਾ ਮੈਨੂੰ ਹੈਗਾ ਫਾਹੀਆਂ ਸੀਗਾ ਕੀ ਕਿਹੜਾ ਸੀਗਾ ਹਾਂ ਫਿਰ ਹਿਉਨ ਸੰਗ ਸੀਗਾ ਹਾਂ ਫਾਹੀਆਂ ਉਦਰ ਸੀਗਾ ਹਿਉਨ ਸੰਗ ਸੀਗਾ ਠੀਕ ਹੈ ਹਿਉਨ ਸੰਗ ਫਾਹੇਂਤਾ ਚੰਦਰਗੋਤ 2 ਦੇ ਟਾਈਮ ਦਾ ਸੀਗਾ ਫਿਰ ਹਿਊਨਸਾਂ ਸੀਗਾ ਦੋਨਾਂ 'ਚ ਥੋੜਾ ਜਿਹਾ ਕਨਫਿਊਜ਼ਨ ਹੋ ਗਿਆ ਠੀਕ ਆ ਠੀਕ ਆ ਠੀਕ ਠੀਕ ਹਾਂ ਤੇ ਆਨਸਰ ਸਾਡੇ ਕੋਲੇ ਸੀ ਆਜੂਗਾ ਜੀ ਪੁਸ਼ ਬਬੂਤੀ ਡਾਇਨੈਸਟੀ ਨੂੰ ਬਿਲੋਂਗ ਕਰਦਾ ਸੀਗਾ ਦੇਖੋ ਮੌਰਿਆਨ ਵਗੈਰਾ ਸੁੰਗਾ ਵਗੈਰਾ ਹਰਿਆੰਕਾ ਇਹ ਤਾਂ ਪਹਿਲਾਂ ਲੰਘ ਹੀ ਜਾਂ ਸੀਗੀਆਂ ਬਾਅਦ ਦੇ ਵਿੱਚ ਆਈ ਸੀਗੀ ਸਾਡੇ ਕੋਲੇ ਵਾਲੇ ਹਰਸ਼ਵਰਧਨ ਦੇ ਟਾਈਮ ਦੀ ਗੱਲ ਆਪਾਂ ਕਰਦੇ ਹਾਂ ਉਸ ਤੋਂ ਬਾਅਦ ਅਗਲੇ ਕੁਐਸਚਨ ਤੇ ਆਪਾਂ ਮੂਵ ਕਰਦੇ ਹਾਂ ਜੀ ਠੀਕ ਆ ਕੋਸ਼ਿਸ਼ ਕਰਿਓ ਵੀ ਹਰਿਆੰਕਾ ਡਾਇਨੈਸਟੀ ਕਦੋਂ ਸੀਗੀ ਸੁੰਗਾ ਡਾਇਨੈਸਟੀ ਆਪਣੇ ਸੋਰੀ ਮ ਠੀਕ ਹੈ ਇਹਨਾਂ ਮਾਰੇ ਵੀ ਜ਼ਰੂਰ ਪੜਿਓ ਅਗਲਾ ਕੁਐਸਚਨ ਸਾਡੇ ਕੋਲੇ ਵਿਚ ਆਫ ਦਾ ਫੋਲੋਇੰਗ ਇਜ਼ ਦਾ ਸਿਕੁਐਂਸ਼ੀਅਲ ਐਕਸੈਸ ਮੈਮਰੀ ਇਹਨਾਂ ਵਿੱਚੋਂ ਹੈਡਲਿਕਾਂ ਵਿੱਚੋਂ ਕਹਿੰਦੇ ਕਿਹੜੀ ਇੱਕ ਕ੍ਰਮਵਾਰ ਪਹੁੰਚ ਮੈਮਰੀ ਹੈ ਆਹ ਹੀ ਤੇ ਚੱਕਰ ਆ ਜਿਹੜੇ ਇਸ ਕਲਾਸ ਚ ਕੁਐਸਚਨ ਕਰਾਏ ਜਾਂਦੇ ਨੇ ਉਹ ਫਿਰ ਪੇਪਰ ਚ ਵੀ ਆਉਂਦੇ ਆ ਨਾ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਸਾਨੂੰ ਐਗਜ਼ਾਮ ਚ ਆਉਂਦੀਆਂ ਨੇ ਉਹ ਇੱਥੇ ਦੇਖਣ ਨੂੰ ਮਿਲਦੀਆਂ ਨੇ ਠੀਕ ਹੈ ਕਲਰਕ ਵਾਲਾ ਪੇਪਰ ਬੱਚੇ 100 ਨੰਬਰ ਦਾ ਜੀ ਮੈਗਨੇਟਿਕ ਵੈਰੀ ਗੁੱਡ ਕੀ ਹੈ ਸਾਡੇ ਕੋਲੇ ਮੈਗਨੇਟਿਕ ਟੇਪ ਕਹਿੰਦੇ ਆਪਸ਼ਨ ਨੰਬਰ ਏ ਬਿਲਕੁਲ ਸਹੀ ਹੈ ਮੈਗਨੇਟਿਕ ਟੇਪ ਠੀਕ ਚਲੋ ਜੀ ਅਗਲੇ ਕੁਐਸਚਨ ਤੇ ਮੂਵ ਕਰਦੇ ਆ ਹੂ ਵਾਸ ਦਾ ਫਰਸਟ ਚੀਫ ਕਮਿਸ਼ਨਰ ਆਫ ਚੰਡੀਗੜ੍ਹ ਚੰਡੀਗੜ੍ਹ ਦਾ ਪਹਿਲਾ ਚੀਫ ਕਮਿਸ਼ਨਰ ਕੌਣ ਸੀਗਾ ਦਮੋਦਰਦਾਸ ਮਹਿੰਦਰ ਸਿੰਘ ਰੰਧਾਵਾ ਜੀਪੀ ਗੁਪਤਾ ਕ੍ਰਿਸ਼ਨ ਬਿਨਰਜੀ ਕੌਣ ਸੀ ਗੱਨਾ ਵਿੱਚੋਂ ਪਹਿਲਾ ਚੀਫ ਕਮਿਸ਼ਨਰ ਦੇਖੋ ਚੀਫ ਕਮਿਸ਼ਨਰ ਦੀ ਗੱਲ ਹੋ ਰਹੀ ਹੈ ਅੱਜ ਕੱਲ ਤਾਂ ਚੰਡੀਗੜ੍ਹ ਦੇ ਵਿੱਚ ਆਪਾਂ ਕਹਿੰਦੇ ਐਡਮਿਨਿਸਟ੍ਰੇਟਰ ਕੌਣ ਸੀਗਾ ਆਪਾਂ ਕੀ ਪੜ੍ਹਦੇ ਆ ਸਰ ਐਡਮਿਨਿਸਟ੍ਰੇਟਰ ਕੌਣ ਸੀਗਾ ਲੇਕਿਨ ਇਹਨਾਂ ਨੇ ਕੀ ਪੁੱਛ ਲਿਆ ਇਹਨਾਂ ਨੇ ਪੁੱਛਿਆ ਕਿ ਪਹਿਲਾ ਚੀਫ ਕਮਿਸ਼ਨਰ ਕੌਣ ਸੀਗਾ ਹੁਣ ਇਹ ਤਾਂ ਬੜੀ ਹੈਰਾਨੀ ਵਾਲੀ ਗੱਲ ਆ ਕਿ ਸਰ ਇਹ ਕਿਦਾਂ ਦਾ ਕੁਐਸਚਨ ਆ ਗਿਆ ਕਰੋ ਜੀ ਸ਼ਾਬਾਸ਼ ਸ਼ਾਬਾਸ਼ ਇੱਕ ਵਾਰ ਲਾਈਕ ਕਰ ਦਿਓ ਕਲਾਸ ਨੂੰ ਜਿਨ੍ਹਾਂ ਨੇ ਹਜੇ ਤੱਕ ਕਲਾਸ ਨੂੰ ਲਾਈਕ ਨਹੀਂ ਕੀਤਾ ਮੈਂ ਦੇਖ ਰਿਹਾ ਕਾਫੀ ਸਾਰੇ ਸਟੂਡੈਂਟ ਆ ਵਿਦਆਊਟ ਲਾਈਕ ਕੀਤੇ ਬੈਠੇ ਆ ਸੋ ਪਲੀਜ਼ ਲਾਈਕ ਜ਼ਰੂਰ ਕਰ ਦਿਓ ਤੇ ਆਨਸਰ ਸਾਡੇ ਕੋਲ ਕੀ ਆ ਜੂਗਾ ਮੋਹਿੰਦਰ ਸਿੰਘ ਰੰਦਾਵਾ ਇਸ ਦਾ ਕਰੈਕਟ ਆਨਸਰ ਆਪਸ਼ਨ ਨੰਬਰ B ਬਿਲਕੁਲ ਸਹੀ ਹੈ ਇੱਕ ਵਾਰ ਆਪਾਂ ਇਹਨਾਂ ਬਾਰੇ ਪੜ੍ਹਦੇ ਆ ਸਾਰਿਆਂ ਬਾਰੇ ਜਿਵੇਂ ਪਹਿਲਾਂ ਗੱਲ ਕਰਾਂ ਚੀਫ ਕਮਿਸ਼ਨਰਸ ਦੀ ਠੀਕ ਆ ਪਹਿਲੇ ਚੀਫ ਕਮਿਸ਼ਨਰ ਕਦੋਂ ਆਏ ਨੇ ਪਹਿਲਾ ਚੀਫ ਕਮਿਸ਼ਨਰ ਕਹਿੰਦੇ ਬਣਿਆ ਸੀਗਾ 1 ਨਵੰਬਰ 1966 ਨੂੰ ਜਦੋਂ ਚੰਡੀਗੜ੍ਹ ਨੂੰ ਯੂਨੀਅਨ ਟੈਰੀ ਤੇ ਇਹ ਬੰਦਾ ਕਹਿੰਦੇ ਸੀਗਾ ਸਾਡੇ ਕੋਲ ਮਹਿੰਦਰ ਸਿੰਘ ਰੰਧਾਵਾ ਪਹਿਲੇ ਨੰਬਰ ਤੇ ਇਹ ਸੀਗਾ ਫਿਰ ਦਾਮੋਦਰ ਦਾਸ ਦੂਜੇ ਨੰਬਰ ਤੇ ਸੀਗਾ ਬਾਕੀ ਯਾਦ ਕਰਨ ਦੀ ਲੋੜ ਨਹੀਂ ਹੈਗੀ ਮੇਨ ਸਾਡੇ ਕੋਲੇ ਦੋ ਹੀ ਨੇ ਪਹਿਲੇ ਯਾਦ ਕਰ ਲਓ ਇਹ ਵੀ ਯਾਦ ਰੱਖੋਗੇ ਚੀਫ ਕਮਿਸ਼ਨਰ ਸੀਗੇ ਕੌਣ ਸੀਗੇ ਚੀਫ ਕਮਿਸ਼ਨਰ ਸੀਗੇ ਠੀਕ ਹੈ ਜੇ ਆਪਾਂ ਐਡਮਿਨਿਸਟ੍ਰੇਟਰ ਦੀ ਗੱਲ ਕਰੀਏ ਤਾਂ ਐਡਮਿਨਿਸਟ੍ਰੇਟਰ ਪਹਿਲਾ ਕੌਣ ਸੀਗਾ ਸਰ ਐਡਮਿਨਿਸਟ੍ਰੇਟਰ ਸਾਡੇ ਕੋਲੇ ਪਹਿਲੇ ਸੀਗੇ ਜਿਹੜੇ ਉਹ ਸੀਗੇ ਬੈਰਵਦਤ ਪਾਂਡੇ ਕਿਉਂਕਿ ਇਹ 1984 ਤੋਂ ਬਣਿਆ 1984 ਤੋਂ ਐਡਮਿਨਿਸਟ੍ਰੇਟਰ ਹੁਣ ਜਦੋਂ ਨੇ ਪੁੱਛਿਆ ਐਡਮਿਨਿਸਟਰेटर ਤਾਂ ਬਹਿਰਬਦਤ ਪਾਂਡੇ ਆਊਗਾ ਪਹਿਲਾ ਜੇ ਉਹਨੇ ਪੁੱਛਿਆ ਕਿ ਪਹਿਲਾ ਚੀਫ ਕਮਿਸ਼ਨਰ ਕੌਣ ਸੀਗਾ ਮੋਹਿੰਦਰ ਸਿੰਘ ਰੰਧਾਵਾ ਆਊਗਾ ਹੁਣ ਉਮੀਦ ਆ ਤੁਹਾਨੂੰ ਡਾਊਟ ਕਲੀਅਰ ਹੋ ਗਿਆ ਹੋਊਗਾ ਤਾਂ ਜੇ ਹੁਣ ਦੀ ਗੱਲ ਕਰੀਏ ਅੱਜ ਸਾਡੇ ਕੋਲੇ ਐਡਮਿਨਿਸਟਰेटर ਕੌਣ ਹੋਏ ਨੇ ਚੰਡੀਗੜ੍ਹ ਦੇ ਸਰ ਸਾਡੇ ਵਾਲੇ ਗਵਰਨਰ ਹੀ ਨੇ ਜਿਹੜੇ ਪੰਜਾਬ ਦੇ ਗਵਰਨਰ ਨੇ ਉਹੀ ਐਡਮਿਨਿਸਟਰेटर ਨੇ ਚੰਡੀਗੜ੍ਹ ਦੇ ਇਸ ਟਾਈਮ ਦੇ ਉੱਤੇ ਹੁਣ ਦੇਖੋ ਬਹੁਤ ਸਾਰੇ ਸਟੂਡੈਂਟ ਪੜ੍ਹਦੇ ਤੇ ਹੈਗੇ ਤਿਆਰੀ ਕਰਦੇ ਲੇਕਿਨ ਆਹ ਚੀਜ਼ਾਂ ਦਾ ਫਰਕ ਨਹੀਂ ਪਤਾ બસ ਲੱਗੇ ਹੋਇਆ ਪੜਨ ਠੀਕ ਆ ਜੀ ਕੁਸਚਨ ਆ ਗਿਆ ਕਰ ਲੇਕਿਨ ਜਿਹੜਾ ਡਿਫਰੈਂਸ ਹੁੰਦਾ ਆ ਜੋ ਡਿਫਰੈਂਸ ਇੱਥੇ ਜੇ ਤੁਹਾਡੇ ਦਿਮਾਗ ਦੇ ਵਿੱਚ ਉਹ ਕਲੈਰਿਟੀ ਹੋ ਗਈ ਤਾਂ ਪੇਪਰ ਜਦੋਂ ਤੁਸੀਂ ਬੈਠੋਗੇ ਤੁਹਾਨੂੰ ਉੱਥੇ ਜਾ ਕੇ ਹੋਰ ਵੀ ਜ਼ਿਆਦਾ ਕਲੈਰਿਟੀ ਉੱਥੇ ਮਿਲਦੀ ਆ ਫਿਰ ਸਿਲੈਕਸ਼ਨ ਕਾਫੀ ਜ਼ਿਆਦਾ ਨੇੜੇ ਹੋ ਜਾਂਦੀ ਆ ਠੀਕ ਹੈ ਚਲਿਏ ਜੀ ਅੱਗੇ ਲਾ ਚੱਲਦੇ ਆਪਾਂ ਤੇ ਇਹ ਵੀ ਇਹਦੇ ਚ ਯਾਦ ਰੱਖ ਲਿਓ ਕਿ ਲਾਸਟ ਵਾਲੇ ਐਡਮਿਨਿਸਟਰेटर ਕੌਣ ਸੀਗੇ ਕ੍ਰਿਸ਼ਨ ਬਨਰਜੀ ਸੀਗੇ ਜਿਹੜੀ ਆਪਾਂ ਦੇਖਿਆ ਸੀ ਨਾ ਉੱਥੇ ਕ੍ਰਿਸ਼ਨ ਬਨਰਜੀ ਉਹ ਸੀਗੇ ਲਾਸਟ ਵਾਲੇ ਚਲੋ ਜੀ ਹੂ ਵਾਸ ਦਾ ਲਾਸਟ ਗਵਰਨਰ ਜਨਰਲ ਆਫ ਫਰੀ ਇੰਡੀਆ ਫਰੀ ਇੰਡੀਆ ਦਾ ਲਾਸਟ ਗਵਰਨਰ ਜਨਰਲ ਕੌਣ ਸੀਗਾ ਦੇਖੋ ਡਿਫਿਕਲਟ ਕਰਾਂਗੇ ਤਾਂ ਪੇਪਰ 'ਚ ਵੀ ਆਉਣਗੇ ਹੁਣ ਚਾਹੇ ਤੁਸੀਂ 2.5 300 ਜਣੇ ਬੈਠੇ ਹੋ ਠੀਕ ਆ ਪਰ ਜਦੋਂ ਤੁਹਾਡਾ ਪੇਪਰ ਕਲੀਅਰ ਹੋਇਆ ਤੁਸੀਂ ਜਾ ਕੇ 10 ਬੰਦਿਆਂ ਨੂੰ ਇੱਕ ਇੱਕ ਬੰਦਾ 10-10 ਜਣਿਆਂ ਨੂੰ ਦੱਸੂਗਾ ਕਿ ਲਫਤ ਸਰ ਦੀ ਕਲਾਸ ਲਾਇਆ ਕਰੋ ਉਹਨਾਂ ਦੇ ਕੁਐਸਚਨ ਜ਼ਰੂਰ ਔਖੇ ਹੁੰਦੇ ਨੇ ਪਰ ਪੇਪਰ 'ਚ ਆਉਂਦੇ ਨੇ ਤੇ ਜਦੋਂ ਤੁਸੀਂ ਦੱਸੋਗੇ ਤਾਂ ਆਪਦੇ ਜੇ ਇੱਕ ਨੇ 10 ਜਾਣੇ ਨੂੰ ਦੱਸਤਾ ਆਪਦੇ ਮਗਰ ਇੱਕ ਜ਼ੀਰੋ ਲਾ ਲਓ ਉਦੋਂ ਹੀ 3000 ਬੱਚਾ ਲਾਈਵ ਹੋਣ ਲੱਗ ਪੂਗਾ ਹੈਨਾ ਹਾਂ ਇਹ ਵਾਰ ਉਹੀ ਗੱਲ ਆ ਨਾ ਫਿਰ ਇਹ ਘਾਟੋ ਕਾਟੋ ਵਾਲੀ ਗੱਲ ਆ ਵੀ ਔਖੇ ਤਾਂ ਕਰਨੇ ਹੀ ਨਹੀਂ ਅਸੀਂ ਅਸੀਂ ਤਾਂ ਕਰਨੇ ਹੀ ਸੌਖੇ ਆਇਆ ਸੀ ਰਾਜਾ ਕੋਪਾਲਚਰੀ ਲਾਸਟ ਗਵਰਨਰ ਜਰਨਲ ਆਫ ਫਰੀ ਇੰਡੀਆ ਕੌਣ ਸੀਗਾ ਗਵਰਨਰ ਜਨਰਲ ਆਖਰੀ ਸੀਗਾ ਸਾਡੇ ਕੋਲੇ ਸੀ ਗੋਪਾਲਾਚਾਰੀ ਹੁਣ 1947 ਦੇ ਵਿੱਚ ਜਦੋਂ ਆਜ਼ਾਦੀ ਮਿਲੀ ਉਸ ਤੋਂ ਪਹਿਲਾਂ ਵਾਈਸ ਰాయ్ ਦੀ ਪੋਸਟ ਹੁੰਦੀ ਸੀਗੀ ਯਾਦ ਰੱਖਿਓ ਉਸ ਤੋਂ ਪਹਿਲਾਂ ਕੀ ਸੀਗੀ ਸਾਡੇ ਕੋਲੇ ਵਾਈਸ ਰాయ్ ਦੀ ਪੋਸਟ ਤੇ 1947 ਤੋਂ ਬਾਅਦ ਸਾਨੂੰ ਗਵਰਨਰ ਜਨਰਲ ਦੀ ਪੋਸਟ ਦਿੱਤੀ ਗਈ ਆਜ਼ਾਦੀ ਤੋਂ ਬਾਅਦ ਪਹਿਲੇ ਆਜ਼ਾਦ ਭਾਰਤ ਦੇ ਗਵਰਨਰ ਜਨਰਲ ਸੀਗੇ ਲਾਰਡ ਮਾਉਂਟ ਬੈਟਨ ਅੰਗਰੇਜ਼ ਸੀਗੇ ਤੇ ਜੇ ਉਹ ਪੁੱਛੇ ਕਿ ਪਹਿਲੇ ਇੰਡੀਅਨ ਗਵਰਨਰ ਜਨਰਲ ਕਿਹੜੇ ਸੀਗੇ ਹੁਣ ਇੱਥੇ ਕਿਉਂ ਪੁੱਛਿਆ ਉਹਨਾਂ ਲਾਸਟ ਪੁੱਛਿਆ ਜੋ ਪੁੱਛ ਲੈਂਦੇ ਪਹਿਲੇ ਇੰਡੀਅਨ ਗਵਰਨਰ ਜਨਰਲ ਜਿਹੜੇ ਸੀਗੇ ਤਾਂ ਉਹ ਵੀ ਸੀ ਰਾਜਾ ਗੋਪਾਲਚਾਰੀ ਹੁੰਦਾ ਸੀਗਾ ਜੋ ਫਰਸਟ ਇੰਡੀਅਨ ਬਾਰੇ ਪੁੱਛ ਲੈਂਦਾ ਕਿਉਂਕਿ ਉਹਦੇ ਬਾਅਦ ਦੋ ਹੀ ਬਣੇ ਸੀਗੇ ਆਜ਼ਾਦੀ ਤੋਂ ਬਾਅਦ ਫਰਸਟ ਇੰਡੀਅਨ ਵੀ ਇਹੀ ਆ ਐਂਡ ਲਾਸਟ ਵੀ ਇਹੀ ਆ ਲਓ ਜੀ ਹੁਣ ਡਾਊਟ ਕਲੀਅਰ ਹੋ ਗਿਆ ਹੁਣ ਡਾਊਟ ਕਲੀਅਰ ਹੋ ਗਿਆ ਜੀ ਹੁਣ ਉਸ ਤੋਂ ਬਾਅਦ ਆ ਦੇਖੋ ਲਿਖਿਆ ਹੋਇਆ ਕਿ ਰਾਜਾ ਗੋਪਾਲਚਾਰੀ ਵਾਸ ਦਾ ਲਾਸਟ ਗਵਰਨਰ ਜਨਰਲ ਆਫ ਇੰਡੀਆ ਫਰੋਮ 1948 ਤੋਂ 1950 ਸਾਨੂੰ ਪਤਾ 24 ਜਨਵਰੀ 1950 ਨੂੰ ਕਿ ਨਵੀਂ ਪੋਸਟ ਸਾਡੇ ਕੋਲ ਆ ਗਈ ਸੀ ਜਿਹਨੂੰ ਅਸੀਂ ਕਹਿੰਦੇ ਆ ਪ੍ਰੈਜ਼ੀਡੈਂਟ ਆਫ ਇੰਡੀਆ ਪ੍ਰੈਜ਼ੀਡੈਂਟ ਆਫ ਇੰਡੀਆ ਲਓ ਜੀ ਹੁਣ ਸਾਡੇ ਕੋਲ ਪ੍ਰੈਜ਼ੀਡੈਂਟ ਆਫ ਇੰਡੀਆ ਚੁੱਕਾ ਜੀ ਸੱਜੀ ਮੈਂ ਪਿਛਲੇ ਇਅਰ ਪੁਲਿਸ ਦੇ ਪੇਪਰ ਦੇਣ ਗਈ ਸੀ ਉੱਥੇ ਰੂਮ ਵਿੱਚ ਸਾਰੇ ਸਟੂਡੈਂਟਾਂ ਵਿੱਚ 15 ਤੋਂ 20 ਪਰਸਨ ਇਹ ਕਹਿ ਰਹੇ ਸੀ ਕਿ ਫਤਿਹਸਰ ਅੱਡਾ ਵਾਲੇ ਬਹੁਤ ਵਧੀਆ ਕਰਾਉਂਦੇ ਨੇ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਹਤਾ ਹੀ ਮੈਂ ਕਹਾਂ ਤੁਸੀਂ ਇੱਕ ਵਾਰ ਹੁਣ ਵੀ ਇਹਨੂੰ ਪੜ੍ਹ ਕੇ ਜਾਓਗੇ ਤਾਂ ਪੇਪਰ 'ਚ ਤੁਹਾਨੂੰ ਫਰਕ ਜ਼ਰੂਰ ਲੱਗੂਗਾ ਚਾਹੇ ਆਪਾਂ ਚੰਡੀਗੜ੍ਹ ਪੁਲਿਸ ਦੀ ਗੱਲ ਕਰਦੇ ਲੇਕਿਨ ਜੀ ਕੇਸ ਜੀ ਕੇ ਪੰਜਾਬ ਪੁਲਿਸ ਦੇ ਵਿੱਚ ਵੀ ਇਦਾਂ ਦੀ ਹੀ ਜੀ ਕੇ ਆਉਣ ਦੇ ਚਾਂਸ ਹੈਗੇ ਨੇ ਠੀਕ ਹੈ ਚਲੋ ਜੀ ਅਗਲਾ ਕੁਐਸਚਨ ਅ ਕਹਿੰਦੇ ਅੰਡਰ ਵਿਚ ਆਰਟੀਕਲ ਆਫ ਇੰਡੀਅਨ ਕਨਸਟੀਟਿਊਸ਼ਨ ਕੈਨ ਪ੍ਰੈਜ਼ੀਡੈਂਟ ਵੀਰ ਇੰਪੀਚਡ ਕਿਹੜੇ ਆਰਟੀਕਲ ਦੇ ਅੰਡਰ ਜਿਹੜੇ ਅਸੀਂ ਪ੍ਰੈਜ਼ੀਡੈਂਟ ਨੂੰ ਇੰਪੀਚ ਕਰ ਸਕਦਾ ਬਹੁਤ ਸੌਖਾ ਸਵਾਲ ਆ ਕੋਈ ਔਖਾ ਹੈ ਨਹੀਂਗਾ ਸਾਡੇ ਕੋਲੇ ਐਗਜ਼ਾਮ ਪੈਟਰਨ ਕੌਨਸਟੇਬਲ ਦਾ ਇਹੀ ਆ ਵੀ ਤਿੰਨ ਮੇਨ ਸਬਜੈਕਟ ਨੇ ਸਾਡੇ ਕੋਲੇ ਮੈਥ ਰੀਜ਼ਨਿੰਗ ਤੇ ਜੀਕੇ ਜੀਐਸ ਬਸ 61 ਸ਼ਾਬਾਸ਼ ਕਹਿੰਦੇ 61 ਨੰਬਰ ਇੰਪੀਚਮੈਂਟ ਦੀ ਗੱਲ ਕਰਦੀ ਆ 52 ਨੰਬਰ ਗੱਲ ਜਿਹੜਾ ਆਰਟੀਕਲ ਹੈਗਾ ਉਹ ਪ੍ਰੈਜ਼ੀਡੈਂਟ ਦੇ ਰਿਲੇਟਡ ਗੱਲ ਕਰਦਾ ਆ 72 ਪਾਰਗਨਿੰਗ ਪਾਵਰ ਮਤਲਬ ਮਾਫੀ ਦੇਣ ਦੀ ਪਾਵਰ ਜਿਹੜੀ ਪ੍ਰੈਜ਼ੀਡੈਂਟ ਦੇ ਉੱਤੇ ਗੱਲ ਕਰਦਾ ਆ ਤੇ 76 ਗੱਲ ਕਰਦਾ ਹੈ ਅਟਰਨੀ ਜਨਰਲ ਆਫ ਇੰਡੀਆ ਤੇ ਜੋ ਕਿ ਇੰਡੀਆ ਦਾ ਹਾਈਐਸਟ ਲਾਅ ਆਫੀਸਰ ਹੈ ਯਾਦ ਰੱਖਿਓ ਜੀ ਠੀਕ ਹੈ ਕੀ ਹੈ ਇੰਡੀਆ ਦਾ ਹਾਈਐਸਟ ਲਾਅ ਆਫੀਸਰ ਏ ਵੀ ਬੜੀ ਵਾਰੀ ਐਗਜ਼ਾਮ ਚ ਆਇਆ ਕਿ ਹੂ ਇਜ਼ ਦਾ ਹਾਈएस्ट ਲਾਅ ਆਫੀਸਰ ਆਫ ਇੰਡੀਆ ਅਟਰਨੀ ਜਨਰਲ ਆਫ ਇੰਡੀਆ ਆਰਟੀਕਲ 76 ਬਾਕੀਆਂ ਬਾਰੇ ਵੀ ਆਪਾਂ ਦੱਸ ਦਿੱਤਾ ਤੇ ਇਹ ਵੀ ਇੱਕ ਪੁਆਇੰਟ ਐਕਸਟਰਾ ਇਹਦਾ ਐਡ ਜ਼ਰੂਰ ਕਰ ਲਿਓ ਲੌਸਰ ਅਗਲੇ ਕੁਐਸਚਨ ਤੇ ਮੂਵ ਕਰਦੇ ਹਾਂ ਦਾ ਨੈਸ਼ਨਲ ਇਨਕਮ ਆਫ ਇੰਡੀਆ ਇਜ਼ ਦਾ ਕਹਿੰਦੇ ਨੈਸ਼ਨਲ ਇਨਕਮ ਕੀ ਹੈ ਰਾਸ਼ਟਰ ਦੀ ਆਮਦਨ ਕੀ ਹੈ ਕਿਸੇ ਰਾਸ਼ਟਰ ਦੀ ਰਾਸ਼ਟਰੀ ਆਮਦਨ ਕੀ ਹੈ ਗਵਰਨਮੈਂਟਸ ਐਨੂਅਲ ਰੈਵਨਿਊ ਵੀ ਗਵਰਨਮੈਂਟ ਦਾ ਸਾਰੇ ਸਾਲ ਦਾ ਰੈਵਨਿਊ ਕਿੰਨਾ ਆ ਜਾਂ ਫਿਰ ਕਹਿੰਦੇ ਸਮ ਟੋਟਲ ਫੈਕਟਰ ਇਨਕਮਸ ਜਾਂ ਫਿਰ ਸਰਪਲਸ ਆਫ ਦਾ ਪਬਲਿਕ ਸੈਕਟਰ ਅੰਡਰਟੇਕਿੰਗਸ ਆਫਰ ਐਕਸਪੋਰਟ ਮਾਈਨਸ ਇੰਪੋਰਟ ਕੀ ਹੈ ਸਾਡੇ ਕੋਲੇ ਨੈਸ਼ਨਲ ਇਨਕਮ ਟੋਟਲ ਕਿਸੇ ਨੇਸ਼ਨ ਦਾ ਸਮ ਆਫ ਟੋਟਲ ਫੈਕਟਰ ਇਨਕਮਸ ਜਿੰਨੀਆਂ ਵੀ ਇਨਕਮਿੰਗ ਆ ਫੈਕਟਰਸ ਆ ਉਹ ਸਾਰੀਆਂ ਦਾ ਕਰਦੀ ਹੈ ਠੀਕ ਹੈ অপশন নাম্বার বি সাম অফ টোটাল ফ্যাক্টরস ইনকাম দেখো রাষ্ট্রীয় ইনকাম ਜੇ ਤੁਹਾਨੂੰ ਪੁੱਛਿਆ ਤੁਹਾਡੇ ਘਰ ਦੀ ইনকাম ਕੀ ਹੈ ਤੁਸੀਂ ਕੀ ਕਹੋਗੇ ਬਈ ਜਿੰਨੇ ਵਾ ਪੈਸਾ ਆ ਗਿਆ ਸਾਰੀ ইনকাম ਹੈ ਸਾਡੀ ਜਿੰਨਾ ਵੀ ਪੈਸਾ ਆ ਗਿਆ ਉਹ ਕੀ ਹੈ ইনকাম ਹੈ ਸਾਡੀ সাম অফ সাম ਦਾ ਮਤਲਬ ਦਾ ਜੋੜ সাম অফ ਟোটাল ਫੈਕਟਰ ਇਨਕਮ ਜਿੰਨੇ ਵੀ ਫੈਕਟਰ ਇਨਕਮ ਉਹਨੂੰ ਸਿੱਕੀ ਅਕਾਊਂਟ ਕਰਦੇ ਆ ਨੈਸ਼ਨਲ ਇਨਕਮ ਜੇ ਆਪਾਂ ਗੱਲ ਕਰੀਏ ইনকাম ਨੂੰ ਮੈਜ਼ਰ ਕਰਨ ਦਾ ਮੈਥਡ ਕੀ ਆ ਇੱਕ ਤਾਂ ਸਾਡੇ ਕੋਲੇ ਮੈਂ ਤਿੰਨ ਤਰੀਕੇ ਨਾਲ ਨੈਸ਼ਨਲ ਇਨਕਮ ਨੂੰ ਅਸੀਂ ਮੈਜ਼ਰ ਕਰਦੇ ਆ ਯਾਦ ਰੱਖਿਓ ਕਿੰਨੇ ਤਰੀਕੇ ਨਾਲ ਤਿੰਨ ਤਰੀਕਿਆਂ ਨਾਲ ਕਦੇ ਵੀ ਪੁੱਛ ਲੈਂਦਾ ਹੁੰਦਾ ਐਗਜ਼ਾਮੀਨਰ ਕਿ ਕਿੰਨੇ ਤਰੀਕਿਆਂ ਨਾਲ ਮੈਜ਼ਰ ਕੀਤੀ ਜਾਂਦੀ ਹੈ ਸਰ ਤਿੰਨ ਤਰੀਕਿਆਂ ਨਾਲ ਕਿਹੜੇ ਕਿਹੜੇ ਇੱਕ ਤਾਂ ਹੈਗਾ ਵੈਲਿਊ ਐਡਿਡ ਮੈਥਡ ਦੂਜਾ ਹੈਗਾ ਇਨਕਮ ਮੈਥਡ ਤੇ ਤੀਜਾ ਹੈਗਾ ਸਾਡੇ ਕੋਲ ਭਾਈ ਐਕਸਪੈਂਡੀਚਰ ਮੈਥਡ ਹੁਣ ਆਪਾਂ ਤਾਂ ਕਿਹੜਾ ਦੇਖਿਆ ਆ ਇਨਕਮ ਮੈਥਡ ਸਮ ਆਫ ਆਲ ਫੈਕਟਰਸ ਇਨਕਮ ਮੈਜ਼ਰਡ ਆਹ ਦੇਖਿਆ ਆ ਜਾਂ ਤਾਂ ਆ ਹੋ ਜੂਗਾ ਜਾਂ ਫਿਰ ਆ ਹੋ ਜੂਗਾ ਠੀਕ ਹੈ ਜੀ ਡਨ ਜ਼ਰੂਰ ਬੱਚੇ ਲੈ ਕੇ ਆਮਗੇ ਔਰਨਮੈਂਟਸ ਦੇ ਵੀਡੀਓ ਲੈ ਕੇ ਆਮਗੇ ਇੱਕ ਵਾਰ ਯਾਰ ਲਾਈਕ ਤਾਂ ਕਰੋ ਕਲਾਸ ਨੂੰ ਫਿਰ ਇੱਕ ਵਾਰ ਕਲਾਸ ਨੂੰ ਲਾਈਕ ਤਾਂ ਕਰੋ ਜਿਹਦੇ ਤੱਕ ਲਾਈਕ ਨਹੀਂ ਕੀਤਾ ਤੁਸੀਂ ਡੇਲੀ ਆਉਨੇ ਪਹਿਲਾਂ ਮੈਨੂੰ ਦੱਸੋ ਤੁਸੀਂ ਡੇਲੀ ਆਉਨੇ ਹੋ ਕਲਾਸ ਦੇ ਵਿੱਚ ਕਿ ਕਦੇ-ਕਦੇ ਆਉਨੇ ਹੋ ਜੇ ਤਾਂ ਆਉਨੇ ਹੋ ਰੈਗੂਲਰ ਫਿਰ ਤਾਂ ਰੋਜ਼ ਆਉਣਾ ਆਪਾਂ ਮੈਨੂੰ ਲੱਗ ਰਿਹਾ ਕਿ ਬਹੁਤ ਸਾਰੇ ਬੱਚੇ ਆ ਰਹੇ ਕਦੇ ਨਹੀਂ ਆ ਰਹੇ ਇੱਕ ਵਾਰ ਲਾਈਕ ਜ਼ਰੂਰ ਕਰੋ ਕਲਾਸ ਨੂੰ ਜਿਹਨੇ ਹਜੇ ਤੱਕ ਲਾਈਕ ਨਹੀਂ ਕੀਤਾ 100 ਬੱਚੇ ਤੋਂ ਜ਼ਿਆਦਾ ਬੱਚਾ ਵਿਦਾਊਟ ਲਾਈਕ ਕੀਤੇ ਬੈਠਾ ਹੋਇਆ ਕਲਾਸ ਦੇ ਵਿੱਚ ਸੋ ਪਲੀਜ਼ ਲਾਈਕ ਜਲਦੀ ਜਲਦੀ ਕਲਾਸ ਨੂੰ ਕਰ ਦਿਓ ਲੋਜੀ ਦਾ ਮੇਜਰ ਕੰਸਟੀਟੂਐਂਟ ਆਫ ਦਾ 에ਅਰ ਕਹਿੰਦੇ ਹਵਾ ਦੇ ਵਿੱਚ ਸਭ ਤੋਂ ਜ਼ਿਆਦਾ ਕਿਹੜਾ ਭਾਗ ਪਾਇਆ ਜਾਂਦਾ ਹੈ ਹਵਾ ਦੇ ਵਿੱਚ ਸਭ ਤੋਂ ਜ਼ਿਆਦਾ ਕਿਹੜਾ ਭਾਗ ਪਾਇਆ ਜਾਂਦਾ ਹੈ ਆਕਸੀਜਨ ਹੋ ਗਿਆ ਹਾਈਡਰੋਜਨ ਹੋ ਗਿਆ ਕਾਰਬਨ ਡਾਈਆਕਸਾਈਡ ਗੈਸ ਹੋ ਗਿਆ ਤੇ ਜਾਂ ਫਿਰ ਨਾਈਟ੍ਰੋਜਨ ਹੋ ਗਿਆ ਕਿਹੜਾ ਹੋ ਗਿਆ ਅੱਜ ਆਇਓ ਤਾਂ ਰੋਜ਼ ਆਇਆ ਕਰੋ ਮੈਂ ਦੇਖ ਰਿਹਾ ਬਹੁਤ سارے ਬੱਚੇ ਪਹਿਲੇ ਦਿਨ ਉਹਨੇ ਮੁੜ ਕੇ ਨਹੀਂ ਆਉਂਦੇ ਜੀ। ਆ ਵੀ ਕਰੋ ਜੀ। ਚਲੋ ਰੋਜ਼ ਆਇਆ ਕਰੋ ਇਹ ਫਰਸਟ ਟਾਈਮ ਵਾਲੀ ਇਹ ਕਲਾਸ ਹੈ। ਇਹਦੇ ਨਾਲ ਨਾਲ ਆਪਣੀ 4 ਵਜੇ ਵੀ ਸ਼ਾਮ ਨੂੰ ਕਲਾਸ ਹੁੰਦੇ ਉਹਨੂੰ ਵੀ ਜ਼ਰੂਰ ਅਟੈਂਡ ਕਰਿਆ ਕਰੋ। ਇੱਕ ਇਹ ਵਾਲੀ 10 ਵਜੇ ਕੇ 15 ਮਿੰਟ ਵਾਲੀ ਕਲਾਸ ਤੇ ਦੂਜੀ ਸ਼ਾਮ ਨੂੰ 4 ਵਜੇ ਵਾਲੀ ਕਲਾਸ ਦੋਨੋਂ ਕਲਾਸਾਂ ਬਹੁਤ ਇੰਪੋਰਟੈਂਟ ਨੇ ਦੋਨਾਂ ਦੇ ਵਿੱਚ ਜਿਹੜਾ ਕੰਟੈਂਟ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਕਰਾਇਆ ਜਾਂਦਾ ਹੈ ਪਲੱਸ ਇਹਦੇ ਨਾਲ ਨਾਲ ਇਹਦੀ ਪੀਡੀਐਫ ਵੀ ਦਿੱਤੀ ਜਾਂਦੀ ਹੈ ਤੇ ਜੇ ਤੁਸੀਂ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਉਮੀਦ ਨਹੀਂ ਕੀਤਾ ਹੋਗਾ ਚੈਨਲ ਨੂੰ ਸਬਸਕ੍ਰਾਈਬ ਹੋਣੇ ਕਰ ਲਓ ਜੇ ਨਹੀਂ ਕੀਤਾ ਤੇ ਪਲੱਸ ਨਾਲ ਦੀ ਨਾਲ ਦੂਜਾ ਕੰਮ ਇਹ ਵੀ ਕਰਨਾ ਕਿ ਫੋਨ ਦੇ ਵਿੱਚ ਅੱਡਾ 24/7 ਦੀ ਐਪ ਨੂੰ ਇੰਸਟਾਲ ਵੀ ਜ਼ਰੂਰ ਕਰ ਲਓ ਉਮੀਦ ਆ 4 ਵਜੇ ਦੀ ਕਲਾਸ ਦੇ ਨਾਲ ਨਾਲ ਆ ਵੀ ਕਲਾਸ ਨੂੰ ਰੈਗੂਲਰ ਲਾਉਂਗੇ ਤੇ ਕੁਝ ਬਹੁਤ ਸਿੱਖਣ ਨੂੰ ਵਧੀਆ ਮਿਲਿਆ ਹੋਊਗਾ ਜਿਹਦੇ ਮੈਂ ਗੱਲ ਕਰਾਂ ਹਵਾਵਾਂ ਦੀ ਤਾਂ ਸਾਡੇ ਕੋਲੇ ਨਾਈਟ੍ਰੋਜਨ ਹੈਗੀ 78% ਕਿੰਨੀ ਹੈਗੀ ਸਰ ਨਾਈਟ੍ਰੋਜਨ ਹੈਗੀ ਆ 78% ਆਕਸੀਜਨ ਦੀ ਗੱਲ ਕਰੀ ਤਾਂ ਲਗਭਗ ਲਗਭਗ 21% ਦੇ ਅਰਾਊਂਡ ਹੈ ਉਸ ਤੋਂ ਬਾਅਦ ਸਾਡੇ ਕੋਲੇ ਦੇਖੋ ਸਭ ਤੋਂ ਜ਼ਿਆਦਾ ਕਿਹੜੀ ਹੈ ਨਾਈਟ੍ਰੋਜਨ ਯਾਦ ਰੱਖਿਓ ਜੀ ਪਰਸੈਂਟੇਜ ਵੀ ਯਾਦ ਰੱਖਿਓ ਦੂਜੇ ਨੰਬਰ ਤੇ ਆਕਸੀਜਨ ਹੋਗੀ ਤੀਜੇ ਨੰਬਰ ਤੇ ਆਰਗਨ ਹੋਗੀ ਤੀਜੇ ਨੰਬਰ ਤੇ ਕਿਹੜੀ ਹੈ ਆਰਗਨ ਉਸ ਤੋਂ ਬਾਅਦ ਅ ਚੌਥੇ ਨੰਬਰ ਤੇ ਸਾਡੇ ਕੋਲੇ ਕਾਰਬਨ ਡਾਈਆਕਸਾਈਡ ਗੈਸ ਯਾਦ ਰੱਖਿਓ ਇਹ ਬਹੁਤ ਇੰਪੋਰਟੈਂਟ ਗੈਸ ਬਸ ਪਹਿਲੀਆਂ ਚਾਰ ਯਾਦ ਕਰ ਲੇ ਉਦੋਂ ਬਾਅਦ ਹੀਲੀਅਮ ਹਾਈਡਰੋਜਨ ਸਾਰੀਆਂ ਬਾਅਦ ਦੇ ਵਿੱਚ ਨੇ ਇਹ ਟੌਪ ਦੀਆਂ ਚਾਰ ਗੈਸੇਜ਼ ਨੇ ਜਿਹੜੀਆਂ ਕਿ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਭਾਈ ਇਸ এনਵਾਇਰਨਮੈਂਟ ਦੇ ਵਿੱਚ ਸੋ ਇੰਪੋਰਟੈਂਟ ਨੇ ਐਗਜ਼ਾਮ ਚ ਆ ਸਕਦੀਆਂ ਨੇ ਚਲੋ ਜੀ ਅਗਲਾ ਕੁਐਸਚਨ ਸਾਡੇ ਕੋਲੇ ਕਹਿੰਦੇ ਮੋਹਿਨੀ ਅਟਮ ਕਿਸ ਰਾਜ ਦਾ ਲੋਕ ਨਾਚ ਹੈ ਮੋਹਿਨੀ ਅਟਮ ਕਿਸ ਰਾਜ ਦਾ ਲੋਕ ਨਾਚ ਹੈ 하이 21% ਹੈ ਜੀ 21% ਵੈਸੇ ਕੁਛ ਨਾ ਕੁਛ ਪੁਆਇੰਟ ਘਟਕਾ ਦੇ ਲੇਕਿਨ 21% ਹੀ ਹੈ 21% ਪੰਜਾਬ ਪੁਲਿਸ ਦਾ ਪੇਪਰ ਬੱਚੇ ਆ ਜਾਣਾ ਆ ਤੁਸੀਂ ਤਿਆਰੀ ਇਸ ਜੀ ਤੇ ਰੱਖੋ ਵੀ ਤੁਸੀਂ ਪੜ ਕੇ ਇਗਜ਼ਾਮ ਕਲੀਅਰ ਕਰਨਾ ਜਦੋਂ ਮਰਜੀ ਆ ਜਾਵੇ ਮਜ਼ਾਕ ਨਹੀਂ ਕਰਦਾ ਓਨੈਸਟਲੀ ਕਰਨਾ ਇਮਾਨਦਾਰੀ ਨਾਲ ਜਦੋਂ ਤੁਸੀਂ ਇਗਜ਼ਾਮ ਡੇਟ ਨੂੰ ਕਨਸਿਡਰ ਕੀਤੇ ਬਿਨਾ ਇੱਕ ਵਾਰ ਆਪਦੀ ਵਧੀਆ ਤਿਆਰੀ ਕਰ ਲਈ ਆ ਉਦੋਂ ਬਾਅਦ ਪੇਪਰ ਨਿਕਲਣੇ ਸੌਖੇ ਹੋ ਜਾਂਦੇ ਨੇ ਸਾਡਾ ਸਾਰਾ ਧਿਆਨ ਇਸ ਇਸ ਟੈਨਸ਼ਨ 'ਚ ਹੁੰਦਾ ਵੀ ਪੇਪਰ ਕਦੋਂ ਪੇਪਰ ਕਦੋਂ ਅਸੀਂ ਪੜਨ ਵੱਲ ਧਿਆਨ ਹੀ ਨਹੀਂ ਦਿੰਦੇ ਪੇਪਰ ਆ ਜਾਣਾ ਆ ਤੁਹਾਡੀ ਤਿਆਰੀ ਦੱਸੋ ਕਿਦਾਂ ਦੀ ਆ ਸਿਲੈਕਸ਼ਨ ਵਾਲੇ ਕੈਂਡੀਡੇਟ ਬਣੋ ਬੱਚੇ ਸਿਰਫ ਇਹ ਨਹੀਂ ਵੀ ਆਏ ਕਲਾਸ ਲਈ ਮਜ਼ਾ ਲਿਆ ਗਿਆ ਨਹੀਂ ਸਿਲੈਕਸ਼ਨ ਕਿਵੇਂ ਲੈਣੀ ਆ ਉੱਤੇ ਫੋਕਸ ਕਰਿਆ ਕਰੋ ਹਮੇਸ਼ਾ ਮੈਂ ਸਿਲੈਕਸ਼ਨ ਦੀ ਗੱਲ ਕਰਦਾ ਤੇ ਸਿਲੈਕਸ਼ਨ ਦੇ ਉੱਤੇ ਜ਼ਿਆਦਾ ਧਿਆਨ ਦੇਣ ਦੇਖੋ ਆ ਕੁਝ ਡਾਂਸ ਹੁੰਦਾ ਅ ਕੇਰਲਾ ਦਾ ਜਿਹਨੂੰ ਅਸੀਂ ਕਹਿੰਦੇ ਆ ਮੋहिनी अਟਮ ਆਪਾਂ ਗੱਲ ਕਰ ਗਏ ਆਂ ਕੁਝ ਇਸ ਤਰੀਕੇ ਨਾਲ ਪਾਇਆ ਜਾਂਦਾ ਇਸ ਤੋਂ ਬਿਨਾ ਹੋਰ ਵੀ ਕਾਫੀ ਸਾਰੇ ਡਾਂਸ ਹੁੰਦੇ ਨੇ ਇਹਨਾਂ ਉੱਤੇ ਵੀ ਮੈਂ ਹੌਲੀ ਹੌਲੀ ਕੁਐਸਚਨ ਲੈ ਕੇ ਆਉਂਗਾ ਭਾਰਤ ਨਾਟਿਮ ਕਥਕ ਇਸ ਤਰੀਕੇ ਨਾਲ ਹੁੰਦਾ ਆ ਕਥਕ ਕਲੀ ਹੋ ਗਿਆ ਕੋਚੀਪੂੜੀ ਹੋ ਗਿਆ ਠੀਕ ਹੈ ਜੀ ਉੜੀਆ ਹੋ ਗਿਆ ਸੱਤਰੀਆ ਹੋ ਗਿਆ ਮੋਹਨ ਮੋहिनी अਟਮ ਹੋ ਗਿਆ ਤੇ ਮਨੀਪੂਰੀ ਹੋ ਗਿਆ ਲੱਗ ਲੱਗ ਡਾਂਸ ਨੇ ਸਾਡੇ ਕੋਲ ਇਹਨਾਂ ਦੇ ਉੱਤੇ ਵੀ ਜ਼ਰੂਰ ਕੁਐਸਚਨ ਆਉਣਗੇ ਤੇ ਆਪਾਂ ਇਹਨਾਂ ਨੂੰ ਵੀ ਹੌਲੀ 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 ਸਾਰੇ ਜਿਹੜੇ ਡਾਂਸ ਨੇ ਉਹਨਾਂ ਨੂੰ ਪੜਾਂਗੇ ਦਨ ਚਲੋ ਜੀ ਅਗਲਾ ਕੁਐਸਚਨ ਸਾਡੇ ਕੋਲੇ ਅਜੰਤਾ ਐਲੋਰਾ ਕੇਵਸ ਆਰ ਇਨ ਦ ਸਟੇਟ ਆਫ ਅਜੰਤਾ ਤੇ ਐਲੋਰਾ ਕੇਵ ਸਾਡੇ ਕੋਲੇ ਕਿਹੜੀ ਸਟੇਟ ਦੇ ਵਿੱਚ ਪਾਈਆਂ ਜਾਂਦੀਆਂ ਨੇ ਸ਼ਾਬਾਸ਼ ਮਹਾਰਾਸ਼ਟਰ ਵਿੱਚ ਕਿੱਥੇ ਮਹਾਰਾਸ਼ਟਰ ਵਿੱਚ ਇੱਕ ਵਾਰ ਨਿਗਾ ਮਾਰਦੇ ਆ ਅਜੰਤਾ ਲੋਰਾ ਕੇਵਸ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਇਹ ਬੁੱਧਿਜ਼ਮ ਤੇ ਜੈਨਿਜ਼ਮ ਨਾਲ ਵੀ ਸੰਬੰਧ ਰੱਖਦੇ ਨੇ ਇੰਨਾ ਵੀ ਯਾਦ ਰੱਖਿਓ ਜਿਹੜੀਆਂ ਕੇਵਸ ਨੇ ਇਹ ਰੌਕ ਕਟ ਕੇਵਸ ਨੇ ਪਹਾੜਾ ਨੂੰ ਕੱਟ ਕਰਕੇ ਹੀ ਬਣਾਈਆਂ ਗਈਆਂ ਨੇ ਤੇ ਇਹ ਬੁੱਧਿਜ਼ਮ ਤੇ ਜੈਨਿਜ਼ਮ ਧਰਮ ਨਾਲ ਵੀ ਸੰਬੰਧ ਰੱਖਦੇ ਨੇ ਜੇ ਕਦੇ ਟਾਈਮ ਲੱਗੇ ਮਹਾਰਾਸ਼ਟਰ ਦੇ ਵਿੱਚ ਜਾਣ ਦਾ ਘੁੰਮਣ ਦਾ ਤਾਂ ਇਹ ਕੇਵਸ ਜ਼ਰੂਰ ਦੇਖ ਕੇ ਆਇਓ ਬਹੁਤ ਸ਼ਾਨਦਾਰ ਕੇਵਸ ਨੇ ਕਹਿੰਦੇ ਉਸ ਤੋਂ ਬਾਅਦ ਵੇਅਰ ਵਾਸ ਦਾ ਫਰਸਟ ਬੁੱਧਿਸਟ ਮੀਟਿੰਗ ਹੈਲਡ ਪਹਿਲੀ ਬੁੱਧਿਸਟ ਮੀਟਿੰਗ ਕਿੱਥੇ ਹੋਈ ਸੀਗੀ ਕਸ਼ਮੀਰ ਦੇ ਵਿੱਚ ਵਿਸ਼ਾਲੀ ਵਿੱਚ ਰਾਜਗ੍ਰਹਿ ਜਾਂ ਫਿਰ ਪਾਟਲੀਪੁੱਤਰ ਹਾਂਜੀ ਪਹਿਲੀ ਕਿੱਥੇ ਹੋਈ ਸੀਗੀ ਮੀਟਿੰਗ ਕਲਾਸ ਵਿੱਚ ਧੋਪਿਆ ਕਹਿੰਦੇ ਨਹੀਂ ਧੋਪ ਤਾਂ ਹੈ ਨਹੀਂਗੀ ਰਾਜਗ੍ਰਹਿ অপਸ਼ਨ ਨੰਬਰ ਸੀ ਕਿੱਥੇ ਰਾਜਗ੍ਰਹਿ ਹੁਣ ਜਿਹੜੀਆਂ ਬਾਕੀ ਹੋਰ ਜਿਹੜੀਆਂ ਸਾਡੇ ਕੋਲੇ ਬੁੱਧਿਸਟ ਮੀਟਿੰਗਸ ਨੇ ਉਹ ਕਿੱਥੇ ਹੋਈਆਂ ਨੇ ਇੱਕ ਵਾਰ ਉਹਨਾਂ ਦੇ ਵੀ ਆਪਾਂ ਨਿਗਾਹ ਮਾਰਦੇ ਆਂ ਕਹਿੰਦੇ ਪਹਿਲੀ ਹੋਈ ਸੀਗੀ ਆਜ਼ਾਦ ਸ਼ਤਰੂ ਜਿੰਨੇ ਪੈਟਰੋਨਾਈਜ਼ ਕੀਤਾ ਸੀਗਾ ਤੇ ਹੋਈ ਕਿੱਥੇ ਸੀਗੀ ਰਾਜਗ੍ਰਹਿ ਦੇ ਵਿੱਚ ਦੇਖੋ ਪਹਿਲੀ ਮੀਟਿੰਗ ਦੂਜੀ ਮੀਟਿੰਗ ਹੋਸੀਗੀ ਵਿਸ਼ਾਲੀ ਦੇ ਵਿੱਚ ਤੀਜੀ ਹੋਈ ਸੀਗੀ ਪਾਟਲੀਪੁੱਤਰ ਦੇ ਵਿੱਚ ਤੇ ਚੌਥੀ ਹੋਈ ਸੀਗੀ ਕੁੰਡਲ ਬੰਦੇ ਵਿੱਚ ਕਸ਼ਮੀਰ ਦੇ ਵਿੱਚ ਹੁਣ ਇਹਦੇ ਚੇਅਰਮੈਨ ਕੌਣ ਸੀਗੇ ਬੜੀ ਵਾਰੀ ਐਗਜ਼ਾਮ ਚ ਆਉਂਦਾ ਹੈ ਜੋ ਕਹਦੀ ਇਹ ਕਹਿੰਦੇ ਇਹਨੂੰ ਪੈਟਰੋਨਾਈਜ਼ ਕੀਤਾ ਜੀ ਜ਼ਿਆਦਾ ਪੈਟਰੋਨਾਈਜ਼ ਪੁੱਛਦੇ ਹੁੰਦੇ ਨੇ ਪਹਿਲੇ ਨੂੰ ਪੈਟਰੋਨਾਈਜ਼ ਕੀਤਾ ਆਜ਼ਾਦ ਸ਼ਤਰੂ ਨੇ ਦੂਜੇ ਨੂੰ ਕੀਤਾ ਕਾਲ ਅਸ਼ੋਕਾ ਨੇ ਤੀਜੇ ਨੂੰ ਕੀਤਾ ਅਸ਼ੋਕਾ ਨੇ ਤੇ ਚੌਥੇ ਨੂੰ ਕੀਤਾ ਕਨਿਸ਼ਕ ਨੇ ਪੈਟਰੋਨਾਈਜ਼ ਮਤਲਬ ਪੈਸਾ ਕਹਨੇ ਲਾਇਆ ਸਪਾਂਸਰਸ਼ਿਪ ਕਹਨੇ ਦਿੱਤੀ ਆ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਬਹੁਤ ਇੰਪੋਰਟੈਂਟ ਹੈ ਤੇ एग्जाम ਦੇ ਵਿੱਚ ਆਉਂਦਾ ਵੀ ਆਉਂਦਾ ਤੇ ਇੱਕ ਹੋਰ ਗੱਲ ਯਾਰ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜੇ ਸਟੂਡੈਂਟ ਅੱਜ ਲੇਟ ਆਏ ਨੇ ਤੁਹਾਨੂੰ ਰੋਜ਼ ਮੈਂ ਇੱਕ ਗੱਲ ਕਹਿਣਾ ਵੀ 10:15 ਮਿੰਟ ਤੇ ਜ਼ਰੂਰ ਆਇਆ ਕਰੋ ਆਪਾਂ ਕੁਛ ਵੀ ਆਪਾਂ ਨੂੰ ਬੈਨੀਫਿਟ ਨਹੀਂ ਹੈਗਾ ਆਪਣੀ ਕਲਾਸ 10:15 ਮਿੰਟ ਤੇ ਸਟਾਰਟ ਹੁੰਦੀ ਹੈ ਇੱਕ ਵਾਰ ਮੈਨੂੰ ਵਾਦਾ ਕਰੋ ਕਿ ਜੇ ਇਸ ਟਾਈਮ ਇਸ ਟਾਈਮ ਤੇ ਆਪਾਂ 400 ਦੇ ਨੇੜੇ ਤੇ ਬੈਠੇ ਆ ਕੱਲ ਨੂੰ ਸਾਰੇ ਜਾਣੇ 10:15 ਮਿੰਟ ਤੇ ਜ਼ਰੂਰ ਆਣਗੇ ਆਉਂਗੇ ਕਿ ਨਹੀਂ ਆਉਂਗੇ ਜੀ ਇੱਕ ਵਾਰੀ ਦੋ ਯੈਸ ਸਰ ਕੱਲੂ ਪੱਕਾ ਆਵਾਂਗੇ ਜੀ ਤੇ ਜਿਨ੍ਹਾਂ ਨੇ ਹਜੇ ਤੱਕ ਕਲਾਸ ਨੂੰ ਲਾਈਕ ਨਹੀਂ ਕੀਤਾ ਲਾਈਕ ਜ਼ਰੂਰ ਕਰ ਦੋ ਲਾਈਕ ਜ਼ਰੂਰ ਕਰ ਦਿਓ ਜਿੰਨਾਂ ਹਜੇ ਤੱਕ ਕਲਾਸ ਨੂੰ ਲਾਈਕ ਨਹੀਂ ਕੀਤਾ ਤੇ ਨਾਲ ਦੀਨ ਚੇਅਰਮੈਨ ਕੌਣ ਸੀਗੇ ਅਸੀਂ ਯਾਦ ਕਰਨਾ ਤੇ ਕਦੋਂ-ਕਦੋਂ ਹੋਈਆਂ ਸੀਗੀਆਂ ਇਹ ਵੀ ਅਸੀਂ ਯਾਦ ਕਰਨਾ ਹੌਲੀ-ਹੌਲੀ ਇਹ ਵੀ ਮੈਂ ਅਗਲੀਆਂ ਕਲਾਸਾਂ ਵਿੱਚ ਕਰਾਉਂਦਾ ਰਹੂੰਗਾ ਲੇਕਿਨ ਇਹ ਕੰਟੈਂਟ ਤੁਹਾਨੂੰ ਇੱਦੀ ਮਿਲ ਜੂਗਾ ਜੋ ਕਿ ਤੁਹਾਡੇ ਲਈ ਬਹੁਤ ਹੈਲਪਫੁਲ ਹੋਊਗਾ ਪੇਪਰ ਦੇ ਵਿੱਚ ਅਗਲਾ ਕੁਐਸਚਨ ਕਹਿੰਦੇ ਕੌਇਨਸ ਆਫ ਵਿਚ ਮੈਟਲ ਵਰ ਇਸ਼ੂਡ ਬਾਏ ਦਾ ਮੋਸਟਲੀ ਗੁਪਤਾ ਪੀਰੀਅਡ ਕਹਿੰਦੇ ਸਭ ਤੋਂ ਜ਼ਿਆਦਾ ਜਿਹੜੇ ਗੁਪਤਾ ਪੀਰੀਅਡ ਵਾਲੇ ਸੀਗੇ ਤਾਂ ਜਾਂ ਕਹੀਏ ਗੁਪਤਾ ਪੀਰੀਅਡ ਨੇ ਸਭ ਤੋਂ ਜ਼ਿਆਦਾ ਕਿਹੜੇ ਸਿੱਕੇ ਪੇਸ਼ ਕੀਤੇ ਸੀਗੇ ਇਹ ਕਾਪਰ ਦੇ ਸਿਲਵਰ ਜਾਂ ਫਿਰ ਆਇਰਨ ਦੇ ਹਾਂਜੀ ਕਿਹੜੇ ਸਿੱਕੇ ਪੇਸ਼ ਕੀਤੇ ਗਏ ਸੀ ਅਸਰ ਇਹ ਸਿੱਟਣੀ ਹੈ ਜੋ ਨੇ ਹਾਚੂ ਨੇ ਜੋ ਸਾਹਮਣਾ ਵੀ ਜ਼ਰੂਰੀ ਹੈ ਜੀ ਕਰੋ ਜੀ ਕਰੋ ਸ਼ਾਬਾਸ਼ ਕਿਹੜੇ ਸੀਗੇ ਆਪਾਂ ਕੀ ਕਹਿੰਦੇ ਆ ਗੁਪਤਾ ਪੀਰੀਆਂ ਨੂੰ ਕੀ ਕਹਿੰਦੇ ਆ ਸੋਨੇ ਦਾ ਯੁੱਗ ਕੀ ਕਹਿੰਦੇ ਆ ਸਰ ਸੋਨੇ ਦਾ ਯੁੱਗ ਕਹਿੰਦੇ ਆ ਜੀ ਤੇ ਜੇ ਸੋਨੇ ਦਾ ਯੁੱਗ ਕਿਹਾ ਜਾਂਦਾ ਆ ਤੇ ਤੇ ਫਿਰ ਸਿੱਕੇ ਵੀ ਕਾਦੇ ਹੋਣਗੇ ਸਰ ਸੋਨੇ ਦੇ ਹੋਣਗੇ 골ਡ ਪੀਰੀਅਡ ਆਪਾਂ ਕਹਿੰਦੇ ਆ ਗੋਲਡਨ ਏਜ ਆਫ ਗੁਪਤਾ एंपਾਇਰ ਗੋਲਡਨ ਏਜ ਕਹਿੰਦੇ ਆਪਾਂ ਨੂੰ ਸੇ ਸੋਨੇ ਦੇ ਸਿੱਕੇ ਬਹੁਤ ਜ਼ਿਆਦਾ ਉੱਥੇ ਉਸ ਟਾਈਮ ਦੇ ਸੀਗੇ ਉਹ ਇੰਟਰੋਡਿਊਸ ਦਾ ਜ਼ੀਰੋ ਪ੍ਰਿੰਸੀਪਲ ਕਹਿੰਦੇ ਜ਼ੀਰੋ ਪ੍ਰਿੰਸੀਪਲ ਕਹਿੰਦੇ ਇੰਟਰੋਡਿਊਸ ਕੀਤਾ ਹੈ ਜ਼ੀਰੋ ਦਾ ਸਿਧਾਂਤ ਜ਼ੀਰੋ ਆਪਾਂ ਕਹਿੰਦੇ ਜ਼ੀਰੋ ਕਹਿੰਨੇ ਲੱਭਿਆ ਜ਼ੀਰੋ ਕਹਿੰਨੇ ਲੱਭਿਆ ਚਰਕ ਨੇ ਚਣਕੇ ਨੇ ਆਰਿਆ ਭਟ ਜਾਂ ਫਿਰ ਬਰ ਬਰਹੀ ਮਰਾ ਹਾਂਜੀ ਕਿੰਨੇ ਲੱਭੀ ਹੈ ਜ਼ੀਰੋ ਸੰਦੀਪ ਪਰ ਤੁਸੀਂ ਰਿਪਲਾਈ ਨਹੀਂ ਕਰਦੇ ਬਾਬਾ ਕਿੱਥੇ ਨਹੀਂ ਰਿਪਲਾਈ ਕੀਤਾ ਜੀ ਤੁਹਾਡਾ ਕਰਦੇ ਹਾਂ ਜੀ ਕਰਦੇ ਆ ਬਹੁਤ ਬੱਚਿਆਂ ਦੇ ਰਿਪਲਾਈ ਕਰਨੇ ਹੁੰਦੇ ਨੇ ਆਰਿਆ ਭਟ ਆਪਸ਼ਨ ਨੰਬਰ ਸੀ ਕੀ ਹੈ ਆर्यभट्ट অপশন নাম্বার সি ਬਿਲਕੁਲ ਸਹੀ ਹੈ। ਲੋ ਜੀ ਅਗਲੇ ਕੁਐਸਚਨ ਤੇ ਸਾਡੇ ਕੋਲੇ ਦਾ ਪ੍ਰੀਅੰਬਲ ਵਾਸ ਪ੍ਰੋਪੋਜ਼ਡ ਬਿਫੋਰ ਦਾ ਡਰਾਫਟਿੰਗ ਕਮੇਟੀ ਵਾਈਚ ਆਫ ਦਾ ਫੋਲੋਇੰਗ ਕਹਿੰਦੇ ਜਿੰਨਾ ਟਾਈਮ ਪ੍ਰੀਅੰਬਲ ਹਜੇ ਡਰਾਫਟਿੰਗ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀਗਾ ਬਿਫੋਰ ਦਾ ਡਰਾਫਟਿੰਗ ਕਮੇਟੀ ਬਾਈ ਵਿੱਚ ਕਿਹਦੇ ਦੁਆਰਾ ਹੁਣ ਯਾਦ ਕਰੋ ਪ੍ਰੀਐਂਬਲ ਦੀ ਸਟੋਰੀ ਸਾਰੀ ਮੈ ਤੁਹਾਨੂੰ ਪੜਾਈ ਹੋਈ ਹੈ ਇਤਿਹਾਸ ਪੜਾਇਆ ਹੋਇਆ ਵੀ ਪਹਿਲਾਂ ਕਿਹੜੀ ਕੰਟਰੀ ਕੋਲ ਸੀਗਾ ਆਪਣੇ ਵਿੱਚ ਇਹ ਕਿਵੇਂ ਪਹੁੰਚਿਆ ਆ ਆਪਣੇ ਇੰਡੀਆ ਦੇ ਵਿੱਚ ਕਿਵੇਂ ਇਹਨੂੰ ਇੰਟਰੋਡਿਊਸ ਕੀਤਾ ਗਿਆ ਸੀਗਾ ਪੂਰੀ ਇਹਦੀ ਸਟੋਰੀ ਤੁਹਾਨੂੰ ਪਤਾ ਹੈ ਹੁਣ ਤੁਸੀਂ ਮੈਨੂੰ ਦੱਸਣਾ ਕਿ ਇਹਨਾਂ ਵਿੱਚੋਂ ਆਨਸਰ ਸਹੀ ਕਿਹੜਾ ਹੈ ਕਿਹੜਾ ਆਨਸਰ ਸਹੀ ਹੈ ਬਿਲਕੁਲ ਸਹਿਜਵਾਲ ਨਾਲ ਹੁਣ ਯਾਦ ਆਇਆ ਪੂਰੀ ਸਟੋਰੀ ਯਾਦ ਆ ਗਈ ਇੱਕ ਵਾਰਕ ਨਹੀਂ ਆ ਗਈ ਪੜਿਆ ਸੀ ਨਾ ਬਿਸਰ ਸਭ ਤੋਂ ਪਹਿਲਾਂ ਯੂਐਸਏ ਕੋਲ ਸੀਗਾ ਜੀ ਉਸ ਤੋਂ ਬਾਅਦ ਫਿਰ ਦੂਜੇ ਕੋਲ ਆ ਗਿਆ ਤੀਜੇ ਕੋਲ ਆ ਗਿਆ ਦਾ ਕਰਦੇ ਕਰਦੇ ਸਾਡੇ ਕੋਲ ਕੀ ਆ ਜੀ ਜਿਹੜਾ ਪ੍ਰੀਐਮਬਲ ਹੈ ਉਹ ਅਪਡੇਟ ਹੁੰਦਾ ਗਿਆ ਪ੍ਰੀਐਮਬਲ ਅਪਡੇਟ ਹੁੰਦਾ ਗਿਆ ਹੁਣ ਆਪਾਂ ਅਗਲੇ ਕੁਐਸਚਨ ਤੇ ਮੂਵ ਕਰਦੇ ਆ ਆ ਚੱਕੋ ਜੀ ਓ ਨੋ ਇੰਨੀ ਸੀਗੇ ਕੁਐਸਚਨ ਠੀਕ ਆ ਹੁਣ ਦੇਖੋ ਜਾਂਦਿਆਂ ਦੇ ਦੋ ਤਿੰਨ ਗੱਲਾਂ ਦਾ ਧਿਆਨ ਸੁਣੋ ਪਹਿਲੀ ਗੱਲ ਤਾਂ ਇਹ ਵੀ ਜਿਹੜੀ ਆਪਣੀ ਕਲਾਸ ਆ ਰੋਜ਼ ਸਵਾ 1/2 ਹੁੰਦੀ ਆ ਸੋ ਪਲੀਜ਼ ਸਾਰੇ ਜਾਣੇ ਦਸਵਾ 1/2 ਦਾ ਸਾਜਾ ਕਰੋ ਲੇਟ ਨਾ ਕਰਿਆ ਕਰੋ ਕਿਉਂਕਿ ਹੁਣ ਟ੍ਰਾਈ ਕਰੋ ਕਿ ਪੂਰੇ ਸਵਾ ਦਸ ਤੁਸੀਂ ਬੈਠੇ ਹੋ ਮੋ ਕਲਾਸ ਵਿੱਚ ਆ ਕੇ ਪਹਿਲਾ ਪੁਆਇੰਟ ਦੂਜਾ ਪੁਆਇੰਟ ਇਸ ਕਲਾਸ ਦੀ ਪੀਡੀਐਫ ਲੈਣੀ ਆ ਤੁਹਾਨੂੰ ਮੈਂ ਉਹ ਵੀ ਦੱਸ ਦਿੰਦਾ ਆ ਤੇ ਤੀਜਾ ਪੁਆਇੰਟ ਬਹੁਤ ਸਾਰੇ ਬੱਚੇ ਕਹਿੰਦੇ ਕਿ ਸਰ ਅਸੀਂ ਤਿਆਰੀ ਕਰਨੀ ਆ ਪ੍ਰੈਪਰੇਸ਼ਨ ਕਰਨੀ ਆ ਅਸੀਂ ਬਹੁਤ ਜ਼ਿਆਦਾ ਪੈਸੇ ਦੇ ਚੁੱਕੇ ਹੁਣ ਅਸੀਂ ਗਾਈਡੈਂਸ ਦੇ ਅੰਡਰ ਰਹਿ ਕੇ ਤਿਆਰੀ ਕਰਨੀ ਆ ਸੋ ਜੇ ਤੁਸੀਂ ਮੇਰੇ ਨਾਲ ਜੁੜ ਕੇ ਕਿਉਂਕਿ ਤੁਸੀਂ ਇੱਕ ਇੰਟਰਵਿਊ ਦੇਖਿਓਗੀ ਕੱਲ ਦੇਖੀਆ ਆਪਣੇ ਸ਼ਿਵ ਸ਼ਿਵਰਾਜ ਦੀ ਇੰਟਰਵਿਊ ਹੋਈ ਆ ਉਹ ਆਇਆ ਸੀ ਇੱਥੇ ਉਹਨੇ ਸਿੱਧਾ ਕਿਹਾ ਕਹਿੰਦਾ ਗਾਈਡੈਂਸ ਇਜ਼ ਮੋਸਟ ਇੰਪੋਰਟੈਂਟ ਫਾਰ ਸਿਲੈਕਸ਼ਨ ਗਾਈਡੈਂਸ ਬਹੁਤ ਜ਼ਰੂਰੀ ਹੈ ਹੈਨਾ ਸੋ ਇਸ ਕਰਕੇ ਜੇ ਤੁਸੀਂ ਮੇਰੇ ਨਾਲ ਗਾਈਡੈਂਸ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਤੁਸੀਂ ਅਲੱਗ ਪੇਪਰਾਂ ਦੀ ਤਿਆਰੀ ਵੀ ਕਰਨਾ ਚਾਹੁੰਦੇ ਹੋ ਗਾਈਡੈਂਸ ਵਿੱਚ ਵੀ ਜੁੜਨਾ ਚਾਹੁੰਦੇ ਹੋ ਚਾਹੇ ਤੁਸੀਂ ਕਨਸਟੇਬਲ ਦਾ ਪੇਪਰ ਭਰਿਆ ਚਾਹੇ ਐਸਆਈ ਚੰਡੀਗੜ੍ਹ ਪੁਲਿਸ ਦਾ ਪੇਪਰ ਭਰਿਆ ਚਾਹੇ ਪੰਜਾਬ ਪੁਲਿਸ ਦਾ ਪੇਪਰ ਭਰਿਆ ਆ ਆਉਣ ਵਾਲੇ ਹੋਰ ਪੇਪਰ ਭਰਨੇ ਨੇ ਤਾਂ ਸਭ ਤੋਂ ਵਧੀਆ ਤਰੀਕਾ ਸਾਡੇ ਕੋਲ ਹੈਗਾ ਸਿਰ ਪੰਜਾਬ ਦਾ ਮਾਪ ਹੈ ਕਿਉਂਕਿ ਮੈਨੂੰ ਪਤਾ ਆ ਵੀ ਜੇ ਅਸੀਂ ਅਲੱਗ-ਅਲੱਗ ਬੈਚ ਐਡਮਿਸ਼ਨ ਲਵਾਗੇ ਤਾ ਸਾਡੇ ਕੋਲੇ ਜਿਹੜੇ ਹੈਗੇ ਆ ਜੀ ਆ ਕਾਫੀ ਸਾਰੇ ਪੈਸੇ ਵੀ ਲੱਗਣਗੇ ਤੇ ਟਾਈਮ ਵੀ ਘਟੂਆ ਜੇ ਪੰਜਾਬ ਦਾ ਮਹਾਪੈ ਕਹੂਗਾ ਘੱਟੋ ਘੱਟ 1 ਸਾਲ ਤੁਸੀਂ ਮੇਰੇ ਨਾਲ ਜੁੜ ਜੂਗੇ ਜਿਹੜੀਆਂ ਗਾਈਡੈਂਸ ਜਾਂ ਕਲਾਸਾਂ ਹੁੰਦੇ ਨੇ ਉਹਦੇ ਵਿੱਚ ਆਉਂਗੇ ਪਲੱਸ ਥਿਊਰੀ ਪੜੋਗੇ ਨਾਲ ਐਮਸੀਕਿਊਜ਼ ਕਰੋਗੇ ਮਤਲਬ ਬਹੁਤ ਸਾਰਾ ਕੁਝ ਕਰੋਗੇ ਇਹ ਸਾਰੀਆਂ ਚੀਜ਼ਾਂ ਕਿਵੇਂ ਮਿਲਦੀਆਂ ਨੇ ਤੁਹਾਨੂੰ ਮੈਂ ਹੁਣੇ ਦੱਸ ਦਾਂ ਧਿਆਨ ਨਾਲ ਸੁਣੋ ਸਭ ਤੋਂ ਪਹਿਲਾਂ ਆਪਾਂ ਪੀਡੀਐਫ ਦੀ ਗੱਲ ਕਰਦੇ ਆ ਜਿਹੜੀ ਪੀਡੀਐਫ ਆ ਇਸ ਲਿੰਕ ਤੇ ਮਿਲਦੀਆਂ ਲਿੰਕ ਕਿਵੇਂ ਦਿੱਤਾ ਜਾਣਾ ਆ ਉਹ ਵੀ ਮੈਂ ਤੁਹਾਨੂੰ ਦੱਸਦਾ ਜੋ ਮੈਂ ਆਪਣੀ ਕਲਾਸ ਚਾਲੀ ਦੇਖੋ ਜੀ ਆ ਕਲਾਸ ਦੇ ਡਿਸਕ੍ਰਿਪਸ਼ਨ ਚ ਜਾਣਾ ਤੁਸੀਂ ਬੱਚੇ ਮੈਨੂੰ ਸਮਝ ਨਹੀਂ ਆਉਂਦੀ ਬੱਚੇ ਕਹਿੰਦੇ ਸਰ ਸਾਨੂੰ ਪੀਡੀਐਫ ਨਹੀਂ ਮਿਲ ਰਹੀ ਆ ਦੇਖੋ ਬੱਚੇ ਆ ਕਲਾਸ ਆ ਜੀ ਪਹਿਲਾਂ ਫੋਨ ਦੇ ਵਿੱਚ ਐਪ ਨੂੰ ਇੰਸਟਾਲ ਕਰੋ ਇੱਥੇ ਮੋਰ ਲਿਖਿਆ ਹੋਇਆ ਹੈਗਾ ਮੋਰ ਤੇ ਜਾਓ ਦੂਜੀ ਵਾਰ ਫਿਰ ਮੋਰ ਤੇ ਜਾਓ ਮੋਰ ਤੇ ਜਾਣ ਤੋਂ ਬਾਅਦ ਆ ਮੇਰੇ ਕੋਲੇ ਖੁੱਲ ਚੁੱਕਾ ਹੈ ਡਿਸਕ੍ਰਿਪਸ਼ਨ ਇੱਥੇ ਲਿਖਿਆ ਡਾਊਨਲੋਡ ਹੋਵ ਰੱਡਾ ਐਪ ਫਤੇ ਸਰ ਵਾਲੀ ਲਿੰਕ ਤੇ ਕਲਿੱਕ ਕਰੋ ਜਿੱਥੇ ਫਤੇ ਸਰ ਲਿਖਿਆ ਮਗਰ ਲਿੰਕ ਦੇ ਵਿੱਚ ਫਤੇ ਸਰ ਲਿਖਿਆ ਉੱਤੇ ਜਾਓ ਕਲਿੱਕ ਕਰੋ ਹੁਣ ਫੋਨ ਦੇ ਵਿੱਚ ਆਪਦੇ ਇੰਸਟਾਲ ਕਰ ਲਓ ਆਪ ਨੂੰ ਐਪ ਨੂੰ ਇੰਸਟਾਲ ਕਰਨ ਤੋਂ ਬਾਅਦ ਇਹਨੂੰ ਸਾਈਨ ਅਪ ਜ਼ਰੂਰ ਕਰੋ ਬੱਚੇ ਸਾਈਨ ਅਪ ਨਹੀਂ ਕਰਦੇ ਸਾਈਨ ਅਪ ਕਰ ਲਿਆ ਹੁਣ ਦੁਬਾਰਾ ਤੋਂ ਫੇਰ ਇਸ ਵੀਡੀਓ 'ਚ ਆਓ ਉਹਦੇ ਥੱਲੇ ਲਿਖਿਆ ਫੋਰ ਪੀਡੀਐਫ ਜੁਆਇਨ ਫਤੇ ਸਰ ਗਰੁੱਪ ਇਸ ਲਿੰਕ ਤੇ ਜਾਓ ਇਹ ਉਦੋਂ ਹੀ ਜਾਣਾ ਜਦੋਂ ਤੁਸੀਂ ਪਹਿਲਾਂ ਆਲਰੇਡੀ ਐਪ ਇੰਸਟਾਲ ਕਰ ਚੁੱਕੇ ਹੋ ਜੀ ਹੁਣ ਇਸ ਇੱਥੇ ਤੁਹਾਨੂੰ ਪੀਡੀਐਫ ਮਿਲ ਜੂਗੀ ਜਿਵੇਂ ਫੋਨ 'ਚ ਦਿਖਾਉਣ ਦੀ ਕੋਸ਼ਿਸ਼ ਕਰਾਂ ਤਾਂ ਫੋਨ 'ਚ ਕਿਵੇਂ ਦੀ ਮਿਲੂਗੀ ਆ ਦੇਖੋ ਸਾਡੇ ਕੋਲੇ ਫੋਨ ਦੇ ਵਿੱਚ ਮੇਰੇ ਕੋ ਪਿਛਲੀਆਂ ਕਲਾਸਾਂ ਦੀਆਂ ਮੈਂ ਪੀਡੀਐਫ ਸਪਾਈਆਂ ਹੋਈਆਂ ਨੇ ਬੱਚੇ ਮੈਨੂੰ ਸਮਝ ਨਹੀਂ ਆ ਰਹੀ ਵੀ ਇਹਨਾਂ ਨੂੰ ਮਿਲਦੀ ਕਿਉਂ ਨਹੀਂ ਹੈਗੀ ਆ ਦੇਖੋ ਜੀ ਆਹ ਕਮਿਊਨਿਟੀ 'ਚ ਮੈਂ ਗਿਆ ਠੀਕ ਆ ਕਮਿਊਨਿਟੀ 'ਚ ਗਿਆ ਮੈਂ ਕਮਿਊਨਿਟੀ 'ਚ ਜਾਣ ਤੋਂ ਬਾਅਦ ਮੇਰੇ ਕੋਲੇ ਐਕਸਪਲੋਰ ਗਰੁੱਪ ਹੋ ਗਿਆ ਇੱਥੇ ਜਾ ਕੇ ਫਤਿਹਸਰ ਦਾ ਗਰੁੱਪ ਆ ਜਾਣਾ ਜੀ ਆ ਰਿਹਾ ਫਤਿਹਸਰ ਦਾ ਗਰੁੱਪੇ ਨੂੰ ਮੈਂ ਕਲਿੱਕ ਕੀਤਾ ਤਾਂ ਮੇਰੇ ਕੋਲੇ ਇੱਥੇ ਬੱਚਿਆਂ ਦੇ ਮੈਸੇਜ ਵੀ ਆਏ ਹੋਏ ਨੇ ਤੇ ਪਲੱਸ ਕਹਿੰਦੇ ਜੀ ਮੇਰੇ ਕੋਲੇ ਪੀਡੀਐਫ ਮੈਂ ਅਪਲੋਡ ਕੀਤੀਆਂ ਹੋਈਆਂ ਨੇ ਆ ਦੇਖੋ ਜਿਵੇਂ ਪਿਛਲੀ ਕਲਾਸ ਦੀ ਪੀਡੀਐਫ ਦੇਖਾਂ ਤਾਂ ਮੈਨੂੰ ਥੋੜਾ ਜਿਹਾ ਥੱਲੇ ਜਾ ਕੇ ਪਿਛਲੀ ਕਲਾਸ ਦੀ ਪੀਡੀਐਫ ਮਿਲ ਜਣਗੀ ਜਿਹੜੇ ਮੈਂ ਪਿਛਲੀ ਕਲਾਸ 'ਚ ਅਪਲੋਡ ਕਰ ਚੁੱਕਾ ਪਿਛਲੀ ਕਲਾਸ ਦੀ ਅੱਜ ਵਾਲੀਆਂ ਪਾ ਦੂੰਗਾ ਦੇਖੋ ਪੰਜਾਬ ਜੀਕੇ ਦੀ ਹੈਗੀ ਆ ਤੇ ਚੰਡੀਗੜ੍ਹ ਪੁਲਿਸ ਦੀ 1 ਜੁਲਾਈ ਵਾਲੀ ਅਜਿਹੇ ਸਾਈਡ ਤੇ ਡਾਊਨਲੋਡ ਦਾ ਐਰੋ ਬਣਿਆ ਤੇ ਮੈਂ ਕਲਿੱਕ ਕੀਤਾ ਮੇਰੇ ਲਿਖਿਆ ਆ ਗਿਆ ਡਾਊਨਲੋਡ ਸਟਾਰਟਡ ਲਿਖਿਆ ਆ ਗਿਆ ਹੋਲੇਗਾ ਡਾਊਨਲੋਡ ਕੰਪਲੀਟ 뷰 ਡਾਊਨਲੋਡ ਕਲਿੱਕ ਕੀਤਾ ਮੇਰੇ ਕੋਲ ਪੀਡੀਐਫ ਦਾ ਆਪਸ਼ਨ ਆ ਗਿਆ ਲੋ ਜੀ ਤੇ ਮੇਰੇ ਕੋਲ ਖੁੱਲ ਗਈ ਪੀਡੀਐਫ ਦੇਖੋ 23 ਤਰੀਕ ਵਾਲੀ ਆ 24 ਕਲਾਸ ਆ ਇਹ 2 ਹੁਣ ਇਹਦੇ ਨਾਲ ਦੂਜੀ ਗੱਲ ਜੇ ਤੁਸੀਂ ਮਹਾਪੈਗ ਦੇ ਵਿੱਚ ਐਡਮਿਸ਼ਨ ਲੈਣੀ ਆ ਤਾਂ ਉਹਦੇ ਲਈ ਕੀ ਕਰਨਾ ਪੈਣਾ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਵਾਰ ਵੈਸੇ ਤਾਂ ਕੱਲ ਆਪਣੇ ਕੋਲ ਆਫਰ ਸੀਗਾ ਲੇਕਿਨ ਹੁਣ ਉਹ ਆਫਰ ਖਤਮ ਹੋ ਚੁੱਕਾ ਆ ਆਫਰ ਪੰਜਾਬ ਦੇ ਮਹਾਪੈਗ ਦੇ ਐਡਮਿਸ਼ਨ ਲੈਣ ਦੇ ਲਈ ਸੇਮ ਤੁਸੀਂ ਐਪ ਤੇ ਹੀ ਜਾਣਾ ਐਪ ਤੇ ਜਾਣ ਤੋਂ ਬਾਅਦ ਕਲਿੱਕ ਕਰਨਾ ਸੀ ਸਟੋਰ ਦੇ ਉੱਤੇ ਜਿਵੇਂ ਚਾਰ ਥੱਲੇ ਆਪਸ਼ਨ ਨੇ ਸਾਡੇ ਕੋਲੇ ਹੋਮ ਹੋ ਗਿਆ ਕਮਿਊਨਿਟੀ ਹੋ ਗਿਆ ਮਾਈ ਕੰਟੈਂਟ ਹੋ ਗਿਆ ਤੇ ਸਟੋਰ ਹੋ ਗਿਆ ਸਟੋਰ ਤੇ ਜਾਵਾਂਗੇ ਸਟੋਰ ਤੇ ਜਾਣ ਤੋਂ ਬਾਅਦ ਉੱਤੇ ਸਰਚ ਬਾਰ ਆ ਜਾਊਗਾ ਸਰਚ ਬਾਰ ਤੇ ਕਲਿੱਕ ਕਰੋ ਤੇ ਪੰਜਾਬ ਦਾ ਇੱਥੇ ਲਿਖੋ ਪੰਜਾਬ ਮਹਾਪੈਕ ਸર્ચ ਕਰਾਂਗੇ ਪੰਜਾਬ ਮਹਾਪੈਕ ਲੋਜ ਹੁਣ ਦੂਜੇ ਨੰਬਰ ਤੇ ਮੇਰੇ ਕੋਲ ਪਿਆ ਪੰਜਾਬ ਮਹਾਪੈਕ ਇੱਥੇ ਲਿਖਿਆ ਡਬਲ ਵੈਲਿਡਿਟੀ ਤੇ 3500 ਰੁਪਇਆ ਹਾਂ ਡਬਲ ਵੈਲਿਡਿਟੀ ਹੈ ਜੀ ਸਿੰਗਲ ਨਹੀਂ ਡਬਲ ਆਹ ਦੇਖੋ ਸਟੂਡੈਂਟ ਜਿਨੇ ਪੰਜਾਬ ਦਾ ਪੇਪਰ ਕਲੀਅਰ ਕਰਕੇ ਇੰਟਰਵਿਊ ਦਿੱਤੀ ਹੋਈ ਆ ਹੁਣ ਜਦੋਂ ਓਪਨ ਕਰੋਗੇ ਕੁਛ ਇਦਾਂ ਦਾ ਤੁਹਾਨੂੰ ਇੰਟਰਫੇਸ ਖੁੱਲੂਗਾ ਇਹਦੇ ਉੱਤੇ ਲਿਖਿਆ ਹੋਇਆ 3500 ਰੁਪਇਆ ਤੇ 2 ਸਾਲਾਂ ਦੀ ਵੈਲਿਡਿਟੀ ਸਭ ਤੋਂ ਪਹਿਲਾਂ ਮੈਂ ਰਿਮੂਵ ਕਰਨਾ ਹੈ ਇਹਨੂੰ ਲੱਗੇ ਹੋਏ ਕੋਡ ਨੂੰ ਉੱਥੇ ਲਿਖਿਆ ਰਿਮੂਵ ਕਾਰਨ ਕਿ ਆ ਰਿਮੂਵ ਕਰਨ ਦਾ ਦੱਸਦਾ ਹੁਣ ਪ੍ਰਾਈਸ ਇੱਕ ਵਾਰ ਵੱਧ ਗਿਆ ਲੇਕਿਨ ਪ੍ਰਾਈਸ ਆਪਾਂ ਘੱਟ ਕਰਾਂਗੇ ਲਿਖਿਆ ਆਫਰ ਅਵੇਲੇਬਲ ਆਫਰ ਅਵੇਲੇਬਲ ਤੇ ਜਾਓ ਇੱਥੇ ਆ ਗਿਆ ਜੀ ਐਂਟਰ ਕੂਪਨ ਕੋਡ ਤੇ ਐਂਟਰ ਕੂਪਨ ਕੋਡ ਕਿਹੜਾ ਲਾਉਣਾ ਹੈ Y565 Y565 ਅਪਲਾਈ ਕਰ ਦੋ ਆ ਦੇਖੋ ਜਿਹੜਾ ਲੱਗਾ ਹੋਇਆ ਇਹ ਵਾਲਾ ਉਸ ਤੋਂ ਬਾਅਦ ਥੋੜੀ ਜੀ ਸਕਰੀਨ ਥੱਲੇ ਕਰਨੀ ਉੱਥੇ ਲਿਖਿਆ ਯੂਜ਼ ਕੌਇਨਸ 1399 ਇੱਥੇ ਮੈਂ ਟਿੱਕ ਕੀਤਾ ਤੇ ਮੇਰੇ ਕੋਲ ਰਹੇਗਾ 3080 ਰੁਪਏ ਹੁਣ ਦੇਖੋ ਇੱਕ ਪਾਸੇ ਕਿੰਨਾ ਸੀਗਾ ਸਰ 3500 ਰੁਪਈਆ ਇੱਕ ਪਾਸੇ ਕਿੰਨਾ ਸੀਗਾ ਸਰ 3500 ਰੁਪਇਆ ਤੇ ਹੁਣ ਦੂਜਾ ਕਿੰਨਾ ਰਹਿ ਗਿਆ 3080 ਰੁਪਏ ਕਿਹੜਾ ਫਾਇਦਾ ਆ ਫਾਇਦਾ ਜੀ ਨਾਲ ਕੀ ਮਿਲੂਗਾ ਡਿਸਕਾਊਂਟ ਤਾਂ ਮਿਲ ਗਈ ਆ ਹਾਂਜੀ ਮਿਲ ਚੁੱਕਾ ਆ ਗਾਈਡੈਂਸ ਦੀਆਂ ਕਲਾਸਾਂ ਮਿਲਣਗੀਆਂ ਇਸ ਪ੍ਰਾਈਸ ਦੇ ਵਿੱਚ ਮਿਲਣਗੀਆਂ 1380 ਦੇ ਵਿੱਚ ਔਰ 3080 ਦੇ ਵਿੱਚ ਤੇ ਪਲਾਨਿੰਗ ਕਰਾਂਗੇ ਕਿਵੇਂ ਕਲੀਅਰ ਕਰਨੀ ਉਹ ਵੀ ਇੱਥੇ ਮਿਲੂਗੀ ਇਹ ਸਭ ਕਾਸੇ ਦੀ ਕੀ ਚਾਹੀਦਾ ਇੱਕ ਡਿਸਕਾਊਂਟ ਕੋਡ Y565 ਏ ਮੇਰਾ ਕੋਡ ਆ ਜਿਹੜਾ ਕਿ ਮੈਨੂੰ ਤੁਹਾਡੇ ਨਾਲ ਜੋੜੂਗਾ ਤੇ ਜੇ ਤੁਸੀਂ ਇਹ ਕੋਡ ਲਾ ਕੇ ਆਉਨੇ ਹੋ ਤਾਂ ਮੇਰੇ ਨਾਲ ਜੁੜ ਜਾਣੇ ਹੋ ਆਦਰਵਾਇਸ ਪੜਾਉਂਗਾ ਤਾਂ ਮੈਂ ਬਾਕੀ ਸਾਰਿਆਂ ਨੂੰ ਵੀ ਲੇਕਿਨ ਫਿਰ ਉਹ ਗਾਈਡੈਂਸ ਜਾਂ ਕਲਾਸਾਂ ਤੋਂ ਵਾਂਝੇ ਰਹਿ ਜਾਂਦੇ ਨੇ ਮੇਰੇ ਕੋਲ ਰਾਤੀ ਵੀ ਇੱਕ ਬੱਚੇ ਦਾ ਮੈਸੇਜ ਆਇਆ ਸੀਗਾ ਸਰ ਮੈਂ ਗਲਤੀ ਨਾਲ ਕੋਈ ਹੋਰ ਕੋਡ ਲਾ ਲਿਆ ਜੀ ਹੁਣ ਮੈਂ ਕੀ ਕਰਾਂ ਮੈਂ ਕਿਹਾ ਭਾਈ ਵੀ ਹੁਣ ਤੂੰ ਜੋ ਕਰਨਾ ਸੀ ਕਰ ਤਾਂ ਹੁਣ ਤਾਂ ਮੈਂ ਕੁਝ ਕਰੂੰਗਾ ਜੇ ਹੁੰਦਾ ਹੋਇਆ ਤਾਂ ਤੂੰ ਤਾਂ ਜੋ ਕਰਨਾ ਸੀ ਕਰ ਤਾ ਸੋ ਇਸ ਕਰਕੇ ਧਿਆਨ ਰੱਖਿਆ ਕਰੋ ਕੋਡ ਦਾ ਬਹੁਤ ਜ਼ਰੂਰੀ ਹੁੰਦਾ ਤੇ ਉਹੀ ਕੋਡ ਲਾਓ ਜਿਹੜਾ ਤੁਹਾਨੂੰ ਮੇਰੇ ਨਾਲ ਜੋੜੇ Y565 ਜੇ ਤੁਸੀਂ ਮੇਰੇ ਨਾਲ ਜੁੜਨਾ ਚਾਹੁੰਦੇ ਹੋ ਗੱਲ ਉਹੀ ਵਿਸ਼ਵਾਸ ਦੀ ਹੈ ਜਿਹ ਵਿਸ਼ਵਾਸ ਹੈ ਤਾਂ ਲਾ ਦਿਓ ਜ ਨਹੀਂ ਤਾਂ ਫਿਰ ਡਿਸਕਾਊਂਟ ਲੈਣ ਦੇ ਲਈ ਲਾ ਸਕਦੇ ਹੋ ਕਿਉਂਕਿ ਪੈਸੇ 500 ਰੁਪਏ ਬਚ ਰਹੇ ਆ ਜੀ ਠੀਕ ਆ ਚਲੋ ਉਮੀਦ ਆ ਕਲਾਸ ਵਧੀਆ ਲੱਗੀ ਹੋਗੀ ਵਧੀਆ ਲੱਗੀ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਦ ਤੱਕ ਦੇ ਲਈ ਜਉਂਦੇ ਬਸੇ ਰਹੋ ਰੱਬ ਖੈਰ ਕਰੇ ਸਤਿ ਸ਼੍ਰੀ ਅਕਾਲ ਜੀ